ਸਾਰੇ ਫੇਸਬੁੱਕ ਯੂਜ਼ਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਸਾਡੇ ਫੇਸਬੁੱਕ ਤੋਂ ਇੰਨਾ ਪਿਆਰ ਕਰਦੇ ਹੋ, ਇੰਨੀ ਸਪੋਰਟ ਦਿੰਦੇ ਹੋ ਅਤੇ ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਸ਼ੇਅਰ ਕਰਦੇ ਹੋ। ਉਹ ਲੋਕ ਤੁਹਾਡੇ ਇਸ ਭੇਜੇ ਹੋਏ ਸ਼ੇਅਰ ਕੀਤੇ ਹੋਏ ਵੀਡੀਓ ਕਰਕੇ ਆਪਣੇ ਬਾਰੇ ਇੱਕ ਚੰਗੀ ਸੋਚ ਰੱਖਣ ਦੇ ਕਾਬਲ ਹੁੰਦੇ ਨੇ। ਐਂਡ ਤੁਸੀਂ ਜੋ ਵੀ ਵੀਡੀਓ ਸ਼ੇਅਰ ਕਰਦੇ ਹੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਮਿੰਟ ਜਰਾ, ਯੈਸ ਸੋ ਅੱਜ ਦਾ ਟੋਪਿਕ ਐਜ਼ ਜਿਵੇਂ ਮੈਂ ਫੇਸਬੁੱਕ ਲਾਈਵ ਦੇ ਵਿੱਚ ਪਾਇਆ, ਕੈਨੇਡਾ ਮੇ ਇਨਟੇਕ ਨੂੰ ਲੈ ਕੇ ਗੱਲਬਾਤ ਕੀਤੀ ਜਾਏ ਕਿ ਜਿਹੜਾ ਜਲੰਧਰ ਦਫ਼ਤਰ ਦੇ ਵਿੱਚ ਮਈ ਇਨਟੇਕ ਕੈਨੇਡਾ ਨੂੰ ਲੈ ਕੇ ਸੈਮੀਨਾਰ ਔਰਗਨਾਈਜ਼ ਕੀਤਾ ਜਾ ਰਿਹਾ ਉਹਦੇ ਬਾਰੇ ਗੱਲਬਾਤ ਕੀਤੀ ਜਾਏਗੀ। ਸੋ ਜਿੰਨੇ ਵੀ ਫੇਸਬੁੱਕ ਯੂਜ਼ਰ ਨੇ ਉਹ ਇਸ ਟਾਈਮ ਆਪਣੀ ਫੇਸਬੁੱਕ ਦੇ ਨਾਲ ਜੁੜ ਕੇ, ਆਪਣੇ ਦੋਸਤਾਂ ਨੂੰ ਫੇਸਬੁੱਕ ਨਾਲ ਜੋੜ ਕੇ ਮੇਰੀ ਇਸ ਗੱਲ ਨੂੰ ਧਿਆਨ ਨਾਲ ਸੁਣ ਲੈਣ। ਅੱਜ ਮੈਂ ਕੋਈ ਇੱਕ ਘੰਟਾ ਲਾਈਵ ਨਹੀਂ ਰਹਿਣਾ, ਅੱਜ ਸਿਰਫ ਗਿਣਤੀ ਦੇ 25-26-30 ਮਿੰਟ ਮੈਂ ਲਾਈਵ ਰਹਾਂਗਾ, ਜਿਹਦੇ 'ਚ ਪਹਿਲੇ 10 ਕੁ ਮਿੰਟ ਮੈਂ ਇਨਫੋਰਮੇਸ਼ਨ ਸ਼ੇਅਰ ਕਰਾਂਗਾ, ਅਗਲੇ 15-20 ਮਿੰਟ ਤੁਹਾਡੀਆਂ ਮੈਂ ਕੁਆਰੀਜ਼ ਦਊਂਗਾ। ਤੁਹਾਡਾ ਕੋਈ ਸਵਾਲ, ਤੁਹਾਡੀ ਕੋਈ ਜ਼ਿਹਨ 'ਚ ਕੋਈ ਸਵਾਲ ਹੋਵੇ ਉਹ ਮੈਨੂੰ ਤੁਸੀਂ ਲਾਈਵ ਜੋੜ ਕੇ ਪੁੱਛ ਸਕਦੇ ਹੋ। ਬਟ ਜਿਹੜਾ ਅੱਜ ਦਾ ਮੇਨ ਮੁੱਦਾ ਰਹੇਗਾ, ਮੇਨ ਟੋਪਿਕ ਰਹੇਗਾ, ਉਹ ਰਹੇਗਾ ਕੈਨੇਡਾ ਮੇਨ ਟੇਕ ਵਿੱਚ ਕਿਵੇਂ ਤੁਸੀਂ ਉਸ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹੋ, ਕਿਹੜੀ ਯੂਨੀਵਰਸਿਟੀ ਜਲੰਧਰ ਦਫ਼ਤਰ ਵਿੱਚ ਕਦੋਂ ਆ ਰਹੀ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ। ਉਸ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਕਰਨਾ ਚਾਹੂੰਗਾ ਕਿ ਅੱਜ ਨਾ ਦਫ਼ਤਰ ਵਿੱਚ ਮੇਰੇ ਕੋਲ ਜੰਮੂ ਕਸ਼ਮੀਰ ਤੋਂ ਕਲਾਇੰਟਸ ਚੱਲ ਕੇ ਆਏ, ਪਿਛਲੇ ਹਫ਼ਤੇ ਵੀ 10 ਕੁ ਦਿਨ ਪਹਿਲਾਂ ਵੀ ਕਾਫੀ ਮੋਹਾਲੀ ਵਿੱਚ ਕਲਾਇੰਟਸ ਮੇਰੇ ਕੋਲ ਜੰਮੂ ਕਸ਼ਮੀਰ ਦੇ ਮਿਲੇ ਅਤੇ ਲਗਭਗ ਉਹਨਾਂ 10 ਕੁ ਇਨਕੁਆਇਰੀਜ਼ ਨੂੰ ਵੇਖ ਕੇ ਜਾਂ ਮਿਲ ਕੇ ਇੱਕ ਗੱਲ ਦਾ ਅਹਿਸਾਸ ਮੈਨੂੰ ਹੋਇਆ ਕਿ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਨੇ ਬਹੁਤੇ ਸਿਖਾਵੇਂ ਨਹੀਂ ਆ। ਚਲੋ ਅਸੀਂ ਸੋਸ਼ਲ ਮੀਡੀਆ 'ਤੇ ਪੜ੍ਹਦੇ ਰਹਿੰਦੇ ਹਾਂ, ਖਬਰਾਂ ਦੇਖਦੇ ਰਹਿੰਦੇ ਹਾਂ, ਬਟ ਜਿਹੜਾ ਇੱਕ ਬੱਚੇ ਦਾ ਪਿਓ ਹੈ ਜਾਂ ਜਿਹੜਾ ਇੱਕ ਸਟੂਡੈਂਟ ਦੀ ਮਾਂ ਹੈ, ਜਿਹੜਾ ਇੱਕ ਹੈ ਨਾ ਮਾਂ ਪਿਓ ਨੇ, ਉਹ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬੜੇ ਚਿੰਤਿਤ ਹੈ। ਸੋ ਕਾਇੰਡਲੀ ਮੇਰੀ ਰਿਕੁਐਸਟ ਹੈ ਤੁਹਾਨੂੰ ਉਹਨਾਂ ਸਾਰਿਆਂ ਨੂੰ ਜੋ ਇਹ ਵੀਡੀਓ ਵੇਖ ਰਹੇ ਨੇ, ਇਹ ਵੀਡੀਓ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਕੋਈ ਵੀ ਜੰਮੂ ਕਸ਼ਮੀਰ ਦੇ ਵਿੱਚ ਬੈਠਾ, ਅਗਰ ਕਿਸੇ ਬੱਚੇ ਨੇ, ਉਹਦੇ ਮਾਂ ਪਿਓ ਨੇ, ਉਹਦੇ ਕਿਸੇ ਭੈਣ ਭਰਾ ਨੇ ਮੇਰੀ ਇਹ ਵੀਡੀਓ ਵੇਖੀ ਤਾਂ ਉਹਦੀ ਜ਼ਿੰਦਗੀ ਦਾ ਇੱਕ ਚੰਗਾ ਮੁਕਾਮ ਹਾਸਲ ਕਰਨ 'ਚ ਇਹ ਵਾਲੀ ਮੇਰੀ ਇਨਫੋਰਮੇਸ਼ਨ ਉਹਦੇ ਲਈ ਫਾਇਦੇਮੰਦ ਹੋ ਸਕਦੀ ਆ, ਕਿਉਂਕਿ ਅੱਗੇ ਵੀ ਫੇਸਬੁੱਕ 'ਤੇ ਵੀਡੀਓ ਵੇਖ ਕੇ ਹੀ ਉਹ ਪੇਰੈਂਟਸ ਮੇਰੇ ਕੋਲ ਚੱਲ ਕੇ ਆਏ। ਸੋ ਫਾਦਰ ਉਹਦੇ ਉੱਥੇ ਫੌਜ ਵਿੱਚ ਮਤਲਬ ਆਰਮੀ ਵਿੱਚ ਕਿਤੇ ਪੋਸਟਿੰਗ 'ਤੇ ਸੀਗੇ ਐਂਡ ਬੱਚੇ ਨੂੰ ਇੱਥੇ ਬਾਹਰ ਭੇਜਣ ਦੇ ਚੱਕਰ 'ਚ ਬੱਚਾ ਵਿਚਾਰਾ 10th ਪਾਸ ਹੈ 2012 ਦੇ ਵਿੱਚ, 7-8 ਸਾਲ ਦਾ ਗੈਪ ਹੋ ਚੁੱਕਿਆ, ਸਟੱਡੀ ਵੀਜ਼ਾ ਕਿਸੇ ਕੰਟਰੀ ਦਾ ਅਪਲਾਈ ਨਹੀਂ ਹੋ ਪਾ ਰਿਹਾ ਐਂਡ ਟੂਰਿਸਟ ਵੀਜ਼ਾ ਦੇ ਨਾਂ 'ਤੇ ਮੋਹਾਲੀ ਦੀ ਇੱਕ ਕੰਪਨੀ, ਠੀਕ ਹੈ ਚਲੋ ਮੋਹਾਲੀ ਚੰਡੀਗੜ੍ਹ ਦੀ 35 ਫੇਸ ਸੈਕਟਰ 'ਚ ਕੰਪਨੀ ਕੋਲ ਰੁਪਈਆ 1-1.5 ਲੱਖ ਖਰਾਬ ਕੀਤਾ, ਫਿਰ ਇੱਕ ਹੋਰ ਮੋਹਾਲੀ ਦੀ ਕੰਪਨੀ ਕੋਲ ਵੀ ਰੁਪਈਆ 50-60 ਹਜ਼ਾਰ ਖਰਾਬ ਕੀਤਾ, ਫਿਰ ਇੱਕ ਹੋਰ ਜਲੰਧਰ ਦੀ ਕੰਪਨੀ ਕੋਲ ਵੀ ਪੈਸੇ ਖਰਾਬ ਕਰਕੇ ਟੋਟਲ ਲਗਭਗ ਉਹਦੇ ਫਾਦਰ ਦੇ ਅੱਖਾਂ 'ਚੋਂ ਅੱਥਰੂ ਸੀਗੇ। ਜੇ ਉਹ ਵੀਡੀਓ ਵੇਖਣ ਤਾਂ ਬੜੇ ਖੁਸ਼ ਹੋਣਗੇ। ਬੱਚੇ ਦਾ ਨਾਮ ਸੀਗਾ ਅੰਜੂਮ ਖਾਨ ਕਰਕੇ ਬੱਚਾ ਦਫ਼ਤਰ 'ਚ ਆਇਆ ਤਾਂ ਉਹਦੇ ਪੇਰੈਂਟਸ, ਉਹਦੇ ਫਾਦਰ ਦੇ ਅੱਖਾਂ 'ਚ ਅੱਥਰੂ ਸੀ ਕਿ ਅਸੀਂ ਇੰਨੇ ਪੈਸੇ ਖਰਾਬ ਕਰ ਚੁੱਕੇ ਹਾਂ, ਬਟ ਅੱਜ ਵੀ ਸਾਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ, ਕਿਸੇ ਚੱਜ ਦੇ ਰਸਤੇ ਨਹੀਂ ਪਾਇਆ। ਤਾਂ ਉਸ ਬੱਚੇ ਦੀ ਪ੍ਰੋਫਾਈਲ ਕਿਸੇ ਕੰਪਨੀ ਕੰਟਰੀ ਇਲੀਜੀਬਿਲਟੀ ਨਹੀਂ ਬਣ ਪਾ ਰਹੀ ਸੀ, ਉਹਨੂੰ ਸਟੇਟਵੇ ਪਹਿਲਾਂ ਮਨਾ ਕੀਤਾ ਗਿਆ, ਫਿਰ ਉਹ ਕਹਿੰਦਾ ਜੀ ਮੈਂ ਘੁੰਮਣ ਜਾਣਾ ਜਾਂ ਮੈਂ ਅੱਗੇ ਆਪਣਾ ਵੀਜ਼ਾ ਚੇਂਜ ਕਰਾਉਣਾ ਜਾ ਕੇ ਸਵਿਚ ਕਰਾਉਣਾ ਆਸਟ੍ਰੇਲੀਆ ਦੇ ਵਿੱਚ। ਫਿਰ ਉਹਨੂੰ ਰਸਤਾ ਸਮਝਾਇਆ ਗਿਆ ਵੀ ਇਹ ਵੀਜ਼ੇ ਇੱਦਾਂ ਸਵਿਚ ਨਹੀਂ ਹੁੰਦੇ, ਵੀਜ਼ੇ ਇੱਦਾਂ ਚੇਂਜ ਨਹੀਂ ਹੁੰਦੇ, ਉਹਦੇ ਲਈ ਪਹਿਲਾਂ ਇੰਡੀਆ ਤੁਹਾਨੂੰ ਆ ਵਾਲੀਆਂ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ। ਸੋ ਬੇਸ਼ੱਕ ਅੱਜ ਉਸ ਬੱਚੇ ਨੂੰ ਵੀਜ਼ਾ ਲਵਾ ਕੇ ਨਹੀਂ ਭੇਜਿਆ, ਬੱਚੇ ਨੂੰ ਇੱਕ ਜੈਨੂਨ ਇੱਕ ਬੜੀ ਅੱਛੀ ਐਡਵਾਈਸ ਦੇ ਕੇ ਭੇਜਿਆ, ਜਦੋਂ ਵੀ ਬੱਚਾ ਹੁਣ ਮਹੀਨੇ ਬਾਅਦ 2 ਮਹੀਨੇ ਬਾਅਦ ਉਹ ਪੇਪਰ ਪੂਰੇ ਤਿਆਰ ਕਰਕੇ ਆਊਗਾ, ਆਈ ਹੋਪ ਕਿ ਆਪਾਂ ਉਹਦਾ ਵੀਜ਼ਾ ਲੈ ਕੇ ਤੁਹਾਡੇ ਫੇਸਬੁੱਕ ਨਾਲ ਤੁਹਾਡੇ ਨਾਲ ਆਪਾਂ ਸਾਂਝੀਆਂ ਜ਼ਰੂਰ ਕਰਾਂਗੇ। ਸੋ ਇੱਕ ਚੰਗੀ ਇਨਫੋਰਮੇਸ਼ਨ ਹਮੇਸ਼ਾ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਐਂਡ ਉਹ ਮੰਨੋਗੇ ਉਹ ਮਾਂ ਪਿਓ ਜਿਹੜਾ ਬੱਚੇ ਦੇ ਫਾਦਰ ਆਏ ਉਹਦੀ ਅੱਖਾਂ 'ਚ ਇੰਨੀ ਕੁ ਭਰੀਆਂ ਸੀ ਵਿਚਾਰੀ ਦੀ ਅੱਖਾਂ, ਜਦੋਂ ਮੈਂ ਪੂਰੀ ਸਲਾਹ ਦਿੱਤੀ ਲਗਭਗ ਅੱਜ 20-25 ਮਿੰਟ ਅੱਧਾ ਘੰਟਾ ਮੈਂ ਕਾਫੀ ਲੰਬੀ ਕਾਉਂਸਲਿੰਗ ਕੀਤੀ ਉਹਨਾਂ, ਜਦੋਂ ਅੱਧਾ ਘੰਟਾ ਬੈਠ ਕੇ ਜਦੋਂ ਉੱਠ ਕੇ ਜਾਣ ਲੱਗੇ ਤਾਂ ਉਹਦੀ ਅੱਖਾਂ 'ਚ ਇੱਕ ਬੜੀ ਨਾ ਸੈਟਿਸਫੈਕਸ਼ਨ ਸੀਗੀ ਕਿ ਯਾਰ ਸਰਦਾਰ ਜੀ ਮੈਂ ਮਤਲਬ ਕਹਿੰਦਾ ਮੈਨੂੰ ਇਹ ਬੋਲਿਆ, ਨਿਰਾਹੀ ਨਾਮ ਤਾਂ ਨਹੀਂ ਲਿਆ ਮੇਰਾ, ਕਹਿੰਦਾ ਸਰਦਾਰ ਜੀ ਅੱਜ ਮੈਂ ਮਤਲਬ ਬੜੇ ਚਿਰ ਬਾਅਦ ਮੈਂ ਬੜਾ ਹਿੰਦੀ 'ਚ ਗੱਲ ਕਰ ਰਿਹਾ ਸੀ ਕਿ ਮੈਂ ਸੈਟਿਸਫਾਈ ਹੋ ਕੇ ਤੁਹਾਡੇ ਦਫ਼ਤਰ ਜਾ ਰਿਹਾ, ਬੇਸ਼ੱਕ ਤੁਸੀਂ ਜੋ ਮੈਂ ਲੈਣ ਆਇਆ ਸੀ ਉਹ ਨਹੀਂ ਦਿੱਤਾ, ਮਤਲਬ ਵੀਜ਼ਾ ਲੈਣ ਆਇਆ ਸੀ ਵੀਜ਼ਾ ਨਹੀਂ ਦਿੱਤਾ ਤੁਸੀਂ, ਬਟ ਫਿਰ ਵੀ ਇੱਕ ਇਹੋ ਜਿਹੀ ਐਡਵਾਈਸ ਦੇ ਦਿੱਤੀ ਜੋ ਮੇਰੇ ਬੱਚੇ ਦੀ ਹੁਣ ਆਉਣ ਵਾਲੀ ਜ਼ਿੰਦਗੀ ਜ਼ਰੂਰ ਬਣਾ ਸਕਦੀ ਹੈ। ਸੋ ਅਸੀਂ ਤੁਹਾਨੂੰ ਫੇਸਬੁੱਕ 'ਤੇ ਵੇਖ ਕੇ ਕਹਿੰਦੇ ਅਸੀਂ ਪਹੁੰਚੇ ਹਾਂ। ਸੋ ਮੈਂ ਬੜਾ ਧੰਨਵਾਦ ਕਰਦਾ, ਰੀਅਲੀ ਥੈਂਕ ਯੂ ਐਂਡ ਐਪਰੀਸ਼ੀਏਟ। ਫੇਸਬੁੱਕ ਦਾ ਜਿਹੜਾ ਮਾਧਿਅਮ ਹੈ, ਜਿਹੜਾ ਸੋਰਸ ਹੈ, ਉਹ ਕਿੰਨੀ ਦੂਰ ਬੈਠੇ ਇੱਕ ਫਾਦਰ ਦੇ ਕੰਨ 'ਚ ਗੱਲ ਪੈ ਗਈ ਅਤੇ ਜਦੋਂ ਮੈਨੂੰ ਮਿਲਣ ਆਇਆ ਅਤੇ ਜਦੋਂ ਉਹ ਚੀਜ਼ਾਂ ਉਹਨੇ ਮੇਰੇ ਬਾਰੇ ਸੁਣੀਆਂ ਉਹੀ ਉਦੋਂ ਉਹਨੂੰ ਦਫ਼ਤਰ 'ਚ ਮਿਲੀਆਂ ਐਂਡ ਹੀ ਵਾਜ਼ ਵੈਰੀ ਹੈਪੀ। ਸੋ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਵੀਡੀਓ ਵੇਖ ਰਹੇ ਹੋ ਆਪਣੇ ਦੋਸਤਾਂ ਤੱਕ ਅੱਗੇ ਮੈਕਸੀਮਮ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਕਰ ਦਿਉ, ਕਿਉਂਕਿ ਤੁਹਾਡੇ ਇੱਕ ਕੀਤੇ ਸ਼ੇਅਰ ਨਾਲ
ਪਤਾ ਨਹੀਂ ਕਿਹੜੇ ਬੱਚੇ ਦੀ ਜ਼ਿੰਦਗੀ ਬਦਲ ਜਾਣੀ ਆ, ਪਤਾ ਨਹੀਂ ਕਿਹੜੇ ਬੱਚੇ ਦਿਮਾਗ ਵਿੱਚ ਯੂ ਟਰਨ ਆ ਕੇ ਉਹਨੇ ਇੱਕ ਚੰਗਾ ਡਿਸੀਜਨ ਲੈਣ ਦੇ ਕਾਬਿਲ ਬਣ ਜਾਣਾ। ਸੋ ਬਲੈਸਿੰਗਸ ਕਮਾਓਗੇ ਲੋਕਾਂ ਦੀਆਂ ਦੁਆਵਾਂ 'ਚ, ਹਮੇਸ਼ਾ ਯਾਦ ਰਹੋਗੇ। ਸੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇ ਮੇਰੀ ਇਨਫੋਰਮੇਸ਼ਨ ਕੋਈ ਚੰਗੀ ਲੱਗਦੀ ਹੋਵੇ। ਸੋ ਅੱਜ ਦਾ ਜਿਹੜਾ ਟੋਪਿਕ ਹੈ, ਉਹ ਟੋਪਿਕ ਹੈ ਕੈਨੇਡਾ ਜਾਣ ਵਾਲੇ ਉਹ ਸਟੂਡੈਂਟ, ਉਹ ਵਾਲੇ ਚਾਹਵਾਨ ਜਿਹੜੇ ਮਈ ਇਨਟੇਕ ਨੂੰ ਗਵਾ ਚੁੱਕੇ ਨੇ, ਸਪਤੰਬਰ ਇਨਟੇਕ ਦੀ ਆਫਰ ਲੈਟਰ ਅਪਲਾਈ ਕੀਤੀ ਹੋਈ ਹੈ ਬਟ ਕਿਸੇ ਕਾਲਜ ਹਾਲੇ ਤੱਕ ਆਫਰ ਨਹੀਂ ਆ ਪਾ ਰਹੀ, ਸਟਿਲ ਉਹ ਮਈ ਇਨਟੇਕ ਲਈ ਜਾ ਸਕਦੇ ਨੇ। ਕਿਵੇਂ ਜਾ ਸਕਦੇ ਨੇ ਜੀ, ਸੁਣ ਲਓ ਧਿਆਨ ਦੇ ਨਾਲ। ਜਲੰਧਰ ਦਫ਼ਤਰ ਦੇ ਵਿੱਚ, IELTS ਗਲੋਬਲ ਇਮੀਗ੍ਰੇਸ਼ਨ ਦੇ ਜਲੰਧਰ ਦਫ਼ਤਰ ਦੇ ਵਿੱਚ ਥਰਸਡੇ ਨੂੰ ਯਾਨੀ ਕਿ ਵੀਰਵਾਰ ਨੂੰ 24th of January ਨੂੰ ਮਾਊਂਟ ਸੇਂਟ ਵਿੰਸਟਨ ਯੂਨੀਵਰਸਿਟੀ ਦੇ ਡੈਲੀਗੇਟ ਸਾਡੇ ਦਫ਼ਤਰ 'ਚ ਆ ਰਹੇ ਆ, ਜੋ ਕਿ ਨੋਵਾ ਸਕੋਸ਼ੀਆ ਦੇ ਵਿੱਚ ਹੈ। ਇਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਡਿਗਰੀ ਬੈਚਲਰ ਅਤੇ ਮਾਸਟਰ ਡਿਗਰੀ ਕਰਨ ਜਾ ਸਕਦੇ ਹੋ। IELTS ਦੀ ਓਵਰਆਲ ਰਿਕੁਆਇਰਮੈਂਟ 6 overall, ਨੋਟ ਲੈਸ ਦੈਨ 5.5, ਐਂਡ ਜਿਹੜੇ 3 ਮੇਜਰ ਸਬਜੈਕਟਸ ਵਿੱਚੋਂ 55% ਤੋਂ ਘੱਟ ਨੰਬਰ ਨਾ ਹੋਣ। ਓਵਰਆਲ 60% ਨੰਬਰ ਜੇ ਸਟੂਡੈਂਟ ਦੇ ਹੈਗੇ ਆ, ਉਹ ਇਸ ਸੈਮੀਨਾਰ ਦੇ ਵਿੱਚ ਹਿੱਸਾ ਲੈ ਸਕਦਾ। ਫ੍ਰੀ ਆਫ ਕੋਸਟ ਸੈਮੀਨਾਰ ਹੈ, ਉਸ ਦਿਨ ਮੈਨੂੰ ਮਿਲਣ ਦੀ ਕੋਈ ਕੰਸਲਟੈਂਸੀ ਫੀਸ ਨਹੀਂ ਹੈ, ਸੈਮੀਨਾਰ ਅਟੈਂਡ ਕਰਨ ਦੀ ਕੋਈ ਕੰਸਲਟੈਂਸੀ ਫੀਸ ਨਹੀਂ ਹੈ। ਤੁਸੀਂ ਫ੍ਰੀ ਆਫ ਕੋਸਟ ਵਿੱਚ ਇਸ ਸੈਮੀਨਾਰ ਨੂੰ ਅਟੈਂਡ ਕਰਕੇ ਆਪਣੇ ਜ਼ਿੰਦਗੀ ਦੇ ਭਵਿੱਖ ਨੂੰ ਇੱਕ ਚੰਗੇ ਲੈਵਲ 'ਤੇ ਲੈ ਕੇ ਜਾਣ ਲਈ ਡਿਸੀਜ਼ਨ ਲੈਣ ਦੇ ਕਾਬਿਲ ਬਣ ਸਕਦੇ ਹੋ। ਸੋ ਕੈਨੇਡਾ ਵਿੱਚ ਆਲਵੇਜ਼ ਯੂਨੀਵਰਸਿਟੀ ਦਾ ਸਕਸੈਸ ਰੇਟ ਕਾਲਜ ਨਾਲੋਂ ਹਮੇਸ਼ਾ ਜ਼ਿਆਦਾ ਰਹਿੰਦਾ। ਸੋ ਜਿਨ੍ਹਾਂ ਬੱਚਿਆਂ ਦੇ ਬੈਂਡ 6 each ਨਹੀਂ ਹੈਗੇ, ਨੰਬਰ 60% ਤੋਂ ਉੱਪਰ ਹੈ ਜਾਂ 60% ਵੀ ਹੈਗੇ ਆ, ਇੱਕ ਵਾਰ ਜਾਂ ਦੋ ਵਾਰ ਪਹਿਲਾਂ ਕੈਨੇਡਾ ਤੋਂ ਰਿਫਿਊਜ਼ ਵੀ ਹੋ ਚੁੱਕੇ ਆ, ਉਹ ਬੱਚੇ ਸੈਮੀਨਾਰ 'ਚ ਜ਼ਰੂਰ ਸ਼ਾਮਿਲ ਹੋਣ, ਹਿੱਸਾ ਲੈਣ, ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਭਵਿੱਖ ਸੰਬੰਧਿਤ ਇੱਕ ਅੱਛੇ ਤਰੀਕੇ ਜਿਹੜੀ ਅਵੇਅਰਨੈਸ ਆ ਉਹ ਲੈ ਸਕਣ। ਉਹਨਾਂ ਦੀ ਪੁਰਾਣੀ ਫਾਈਲ ਨੂੰ ਧਿਆਨ 'ਚ ਰੱਖਦੇ ਹੋਏ ਅਸੈਸਮੈਂਟ ਕਰਦੇ ਹੋਏ ਉਹਨਾਂ ਨੂੰ ਇੱਕ ਚੰਗੇ ਕੋਰਸ ਦੀ ਸੁਜੈਸ਼ਨ ਦਿੱਤੀ ਜਾਏਗੀ, ਇੱਕ ਇਹੋ ਜਿਹਾ ਪਲੇਟਫਾਰਮ ਜਿੱਥੇ ਬੱਚਾ ਪੜ੍ਹ ਕੇ ਇੱਕ ਚੰਗੀ ਜ਼ਿੰਦਗੀ ਚੰਗਾ ਭਵਿੱਖ ਬਣਾ ਸਕਦਾ। ਕਿਉਂਕਿ ਹਮੇਸ਼ਾ ਜਦੋਂ ਤੁਸੀਂ ਡਿਗਰੀ ਕਰਦੇ ਹੋ ਤਾਂ ਡਿਪਲੋਮੇ ਨਾਲੋਂ ਬੈਟਰ ਹੀ ਰਹਿੰਦਾ। ਕੱਲ੍ਹ ਨੂੰ PR ਪੁਆਇੰਟ ਆਫ ਵਿਊ 'ਚ ਦੇਖਾਂ ਤਾਂ ਵੀ ਨੋਵਾ ਸਕੋਸ਼ੀਆ ਜਿਹੜਾ ਪ੍ਰੋਵਿੰਸ ਹੈ ਜਾਂ ਏਰੀਆ, ਉਹਦੇ ਵਿੱਚ ਬ੍ਰੈਂਪਟਨ ਟੋਰੋਂਟੋ ਦੇ ਮੁਕਾਬਲੇ ਜਾਂ ਸਰੀ ਵੈਨਕੂਵਰ ਦੇ ਮੁਕਾਬਲੇ ਜ਼ਿਆਦਾ ਪੁਆਇੰਟਸ ਮਿਲਦੇ ਨੇ, PR ਦੇ ਪੁਆਇੰਟ ਜ਼ਿਆਦਾ ਪੈਂਦੇ ਨੇ, ਸੌਖੀ ਆ PR ਲੈਣੀ, ਜਿਵੇਂ ਕਿਊਬਿਕ ਦੇ ਵਿੱਚ ਹੈ ਜਾਂ ਸਸਕੈਚੂਨ ਦੇ ਵਿੱਚ ਹੈ, ਇਸ ਤਰ੍ਹਾਂ ਨੋਵਾ ਸਕੋਸ਼ੀਆ ਦੇ ਵਿੱਚ PR ਲੈਣ 'ਚ ਵੀ ਕਾਫੀ ਸੌਖ ਹੈ। ਸੋ ਮਾਊਂਟ ਸੇਂਟ ਵਿੰਸਟਨ ਯੂਨੀਵਰਸਿਟੀ 'ਚ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਮਈ ਇਨਟੇਕ ਵਿੱਚ ਹਾਲੇ ਸੀਟਸ ਅਵੇਲੇਬਲ ਹੈ। ਤੁਸੀਂ ਆਰਟਸ ਬੈਕਗਰਾਊਂਡ ਤੋਂ ਤੁਹਾਡੇ ਆਰਟਸ ਦੇ ਰਿਲੇਟਡ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਅਵੇਲੇਬਲ ਆ, ਚਾਹੇ ਉਹ ਜੋਗ੍ਰਾਫੀ ਦੇ ਰਿਲੇਟਡ ਹੈ, ਚਾਹੇ ਉਹ ਹਿਸਟਰੀ ਦੇ ਰਿਲੇਟਡ ਹੈ, ਚਾਹੇ ਤੁਹਾਡੇ ਕਿਸੇ ਵੋਕੇਸ਼ਨਲ ਕੋਰਸ ਦੇ ਰਿਲੇਟਡ ਹੈ। ਤੁਸੀਂ ਕਾਮਰਸ ਬੈਕਗਰਾਊਂਡ ਤੋਂ ਹੋ, ਤੁਸੀਂ +2 ਕਮਰਸ ਵਿੱਚ ਕੀਤੀ ਹੈ, ਤੁਹਾਨੂੰ ਬਿਜ਼ਨਸ ਦੇ ਕੋਰਸਿਸ, ਅਕਾਊਂਟਿੰਗ ਦੇ ਕੋਰਸਿਸ, ਡਿਗਰੀ ਅਵੇਲੇਬਲ ਹੈ, ਤੁਸੀਂ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਿਹਨੂੰ ਇੰਡੀਆ 'ਚ ਆਪਾਂ BBA ਕਹਿੰਦੇ ਹਾਂ, ਉਹ ਵੀ ਪੜ੍ਹਾਈ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਈਵਨ ਕਿ ਹਰ ਕੋਰਸ ਦੀ, ਹਰ ਸਬਜੈਕਟ ਦੀ, ਜੋਗ੍ਰਾਫੀ ਦੀ, ਗ੍ਰੈਜੂਏਸ਼ਨ ਦੀ ਅਲੱਗ ਸਪੈਸ਼ਲਾਈਜੇਸ਼ਨ ਹੈ, ਤੁਸੀਂ ਕਿਸੇ ਹੋਰ ਸਬਜੈਕਟ ਵਿੱਚ ਸੋਸ਼ੋਲੋਜੀ 'ਚ ਕਰਨੀ ਹੈ ਜਾਂ ਹਿਊਮਨ ਬਿਹੇਵੀਅਰ 'ਚ ਕਰਨੀ ਹੈ ਜਾਂ ਤੁਸੀਂ ਹੋਸਪਿਟੈਲਿਟੀ ਮੈਨੇਜਮੈਂਟ 'ਚ ਕਰਨੀ, ਹਰ ਤਰ੍ਹਾਂ ਦੀਆਂ ਬੈਚਲਰ ਡਿਗਰੀ ਅਵੇਲੇਬਲ ਹੈ। ਜੇ ਨੋਨ ਮੈਡੀਕਲ 'ਚ ਪੜ੍ਹੇ ਹੋ ਤਾਂ IT ਦੇ ਫੀਲਡ ਵਿੱਚ ਡਿਗਰੀ ਅਵੇਲੇਬਲ ਹੈ। ਸੋ ਕਾਫੀ ਪ੍ਰੋਗਰਾਮ ਅਵੇਲੇਬਲ ਨੇ ਮਈ ਇਨਟੇਕ ਦੇ, ਚਾਹੇ ਬੱਚਾ ਆਰਟਸ ਪੜ੍ਹਿਆ, ਚਾਹੇ ਕਾਮਰਸ ਪੜ੍ਹਿਆ, ਚਾਹੇ ਨੋਨ ਮੈਡੀਕਲ ਪੜ੍ਹਿਆ, ਚਾਹੇ ਉਹ ਮੈਡੀਕਲ ਫੀਲਡ ਦਾ ਬੱਚਾ। ਸੋ ਇਹ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਜ਼ਰੂਰ ਕਰੋ ਦੋਸਤੋ। ਵਿਹਲੀਆਂ ਆਪਾਂ ਜਿਹੜੀਆਂ ਹੋਰ ਸਿੰਗਰਾਂ ਦੀਆਂ ਐਲਬਮਾਂ ਜ਼ਰੂਰ ਸ਼ੇਅਰ ਕਰਦੇ ਹਾਂ, ਗਾਣੇ ਸ਼ੇਅਰ ਕਰਦੇ ਹਾਂ। ਸੋ ਇਹ ਇਨ ਚੰਗੀ ਇਨਫੋਰਮੇਸ਼ਨ ਮੈਂ ਆਪਣੇ ਦੋਸਤਾਂ ਤੱਕ, ਆਪਣੇ ਭੈਣਾਂ ਭਾਈਆਂ ਤੱਕ ਸ਼ੇਅਰ ਕਰੋ, ਤਾਂ ਕਿ ਜਿਹੜਾ ਬੱਚਾ ਕੈਨੇਡਾ ਪੜ੍ਹਨ ਜਾਣਾ ਚਾਹੁੰਦਾ ਹੈ, ਮਈ ਇਨਟੇਕ ਨੂੰ ਅਵੇਲ ਕਰਨਾ ਚਾਹੁੰਦਾ ਹੈ, ਇਹ ਓਪਰਚੁਨਿਟੀ ਨੂੰ ਗ੍ਰੈਬ ਕਰਕੇ ਇੱਕ ਚੰਗੇ ਲੈਵਲ 'ਤੇ ਆਪਣੀ ਜ਼ਿੰਦਗੀ ਪਹੁੰਚਾ ਸਕੇ। ਐਂਡ ਤੁਹਾਨੂੰ ਜਦੋਂ ਦੁਆ ਮਿਲੇਗੀ ਕਿ ਅੱਜ ਜਦੋਂ ਜੰਮੂ ਕਸ਼ਮੀਰ ਤੋਂ ਬੰਦਾ ਮਿਲਣ ਆਇਆ ਅਤੇ ਜਿਹੜੇ ਬੰਦੇ ਨੇ ਵੀਡੀਓ ਸ਼ੇਅਰ ਕੀਤੀ, ਉਹਨੇ ਕਿਤੇ ਯੂਟਿਊਬ 'ਤੇ ਵੀਡੀਓ ਦੇਖੀ ਸਾਡੀ, ਫੇਸਬੁੱਕ 'ਤੇ ਵੀ ਦੇਖੀ ਬਾਅਦ 'ਚ, ਤਾਂ ਅੱਜ ਉਸ ਬੰਦੇ ਨੂੰ ਦੇਖੋ ਕਿੰਨੇ ਪੁੰਨ ਲੱਗਣੇ ਆ ਜਿਹਦੇ ਕਰਕੇ ਉਹਦਾ ਕੰਮ ਬਣਿਆ। ਸੋ ਬੇਸਿਕਲੀ ਆਪਾਂ ਹੋਰ ਤਾਂ ਗੱਲਾਂ ਬਥੇਰੀਆਂ ਕਰਦੇ, ਬਟ ਜਦੋਂ ਕਿਤੇ ਸੋਸਾਇਟੀ ਲਈ ਅੱਛਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਪੈਰ ਪਿੱਛੇ ਖਿੱਚ ਲੈਂਦੇ। ਸੋ ਡੋਂਟ ਵਰੀ, ਆਈ ਰੀਅਲੀ ਰਿਕੁਐਸਟ, ਆਈ ਰੀਅਲੀ ਐਪਰੀਸ਼ੀਏਟ ਜਿਹੜੇ ਲੋਕ ਸਾਡੀ ਵੀਡੀਓ ਸ਼ੇਅਰ ਕਰਦੇ ਆ। ਲਾਸਟ ਵੀਕ ਵੀ ਲਗਭਗ 25-26 ਹਜ਼ਾਰ ਵਿਊ ਉਸ ਵੀਡੀਓ ਦੇ ਹੋਏ ਸੀਗੇ, ਐਂਡ ਕਾਫੀ 100-150 ਲੋਕਾਂ ਤੱਕ ਵੀਡੀਓ ਸ਼ੇਅਰ ਹੋ ਚੁੱਕੀ ਹੈ। ਸੋ ਮੈਕਸੀਮ ਜਿੰਨੀ ਸ਼ੇਅਰ ਕਰ ਸਕੋ, ਗੁਰਲਾਲ ਸਿੰਘ ਸੰਧੂ, ਮਿਸਟਰ ਐਸ ਸੋਹਲ, ਮਨਪ੍ਰੀਤ ਮੰਨਾ, ਰਾਜਪ੍ਰੀਤ, ਮਹਿੰਕ ਕੌਲੀ, ਅੰਕਿਤ ਯਾਦਵ, ਕਿਆ ਹਾਲ ਆ ਜੀ, ਕੌਰ ਡੀ, ਪ੍ਰੀਤ ਐਂਜਲ, ਰੀਤੂ, ਸ਼ਿਖਾ, ਗੌਰਵ, ਹਰਪਿੰਦਰ, ਨਵਜੋਤ, ਵੀਰਪਾਲ। ਸੋ ਸਾਰੇ ਕਾਇੰਡਲੀ ਸ਼ੇਅਰ ਦਿਸ ਵੀਡੀਓ, ਤਾਂ ਕਿ ਤੁਹਾਡੇ ਫਰੈਂਡਸ ਲਿਸਟ ਵਿੱਚ ਇਹ ਵੀਡੀਓ ਜਾ ਕੇ ਉਹਨਾਂ ਨੂੰ ਇੱਕ ਚੰਗੀ ਇਨਫੋਰਮੇਸ਼ਨ ਪਹੁੰਚਾ ਸਕੇ। ਸੋ ਦਿਨ ਨੋਟ ਕਰ ਲਓ ਦਿਲ ਦਿਮਾਗ ਦੇ ਵਿੱਚ, ਥਰਸਡੇ 24th of January, 24 January ਨੂੰ, ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡਾ ਸੈਮੀਨਾਰ ਚੱਲੇਗਾ, ਮਾਊਂਟ ਸੇਂਟ ਵਿੰਸਟਨ ਯੂਨੀਵਰਸਿਟੀ ਜੋ ਕਿ ਨੋਵਾ ਸਕੋਸ਼ੀਆ ਦੇ ਵਿੱਚ ਹੈ, ਉਹਦੇ ਡੈਲੀਗੇਟ ਸਾਡੇ ਜਲੰਧਰ ਦਫ਼ਤਰ ਵਿੱਚ ਅਵੇਲੇਬਲ ਹੋਣਗੇ। ਉਹਨਾਂ ਨੂੰ ਮਿਲ ਕੇ ਤੁਸੀਂ ਔਨ ਦਾ ਸਪੋਟ ਆਪਣੀ ਅਸੈਸਮੈਂਟ ਕਰਾ ਸਕਦੇ ਹੋ। ਐਂਡ ਸਪੈਸ਼ਲ ਜਿਹੜਾ ਅਟਰੈਕਟਿਵ ਪੁਆਇੰਟ ਹੈ ਸੈਮੀਨਾਰ ਦਾ, ਇਹ ਹੈ
ਕਿ ਜਿਹੜੇ ਸਟੂਡੈਂਟ ਉਸ ਦਿਨ ਅਨਰੋਲਡ ਹੋਣਗੇ ਜਾਂ ਰਜਿਸਟਰ ਹੋਣਗੇ ਸਾਡੇ ਕੋਲ, ਉਹਨਾਂ ਨੂੰ 50% ਤੱਕ ਸਕਾਲਰਸ਼ਿਪ ਦਿੱਤੀ ਜਾਏਗੀ। ਯੈਸ ਬਿਲਕੁਲ, 50% ਤੱਕ ਉਹ ਸਕਾਲਰਸ਼ਿਪ ਸਾਡੇ ਕੋਲੋਂ ਅਵੇਲ ਕਰਵਾ ਸਕਦੇ ਆ ਜਿਹੜੇ ਉਸ ਦਿਨ ਸੇਮ ਡੇ ਰਜਿਸਟਰ ਹੋ ਜਾਣਗੇ। ਸੋ ਡੋਂਟ ਫਰਗੈਟ ਟੂ ਕੈਰੀ ਯੋਰ ਓਰੀਜਨਲ ਡਾਕੂਮੈਂਟਸ, ਆਪਣੇ ਓਰੀਜਨਲ ਡਾਕੂਮੈਂਟਸ ਦੇ ਨਾਲ, ਆਪਣੇ ਗਾਰਡੀਅਨ ਆਪਣੇ ਪੇਰੈਂਟਸ ਦੇ ਨਾਲ ਲੈ ਕੇ ਆਓ, ਤਾਂ ਕਿ ਅਗਰ ਤੁਹਾਨੂੰ ਇਨਫੋਰਮੇਸ਼ਨ ਅੱਛੀ ਲੱਗਦੀ ਹੈ, ਤੁਹਾਨੂੰ ਓਪਰਚੁਨਿਟੀ ਅੱਛੀ ਲੱਗਦੀ ਹੈ, ਤਾਂ ਸੇਮ ਡੇ ਤੁਸੀਂ ਆਪਣਾ ਪਲਾਨ ਜਾਂ ਵਿਚਾਰ ਕਰਕੇ ਆਪਣੇ ਮਾਂ ਪਿਓ ਦੇ ਨਾਲ ਉਸ ਦਿਨ ਕੇਸ ਰਜਿਸਟਰ ਕਰ ਸਕੋ। ਜੇ ਸੇਮ ਡੇ ਕੇਸ ਰਜਿਸਟਰ ਕਰਦੇ ਹੋ ਤਾਂ RS ਗਲੋਬਲ ਇਮੀਗ੍ਰੇਸ਼ਨ ਅਨਾਊਂਸ ਕਰ ਰਿਹਾ ਹੈ 50% ਤੱਕ ਸਕਾਲਰਸ਼ਿਪ ਉਸ ਬੱਚੇ ਨੂੰ ਜੋ ਸੇਮ ਡੇ ਸਾਡੇ ਕੋਲ ਰਜਿਸਟਰ ਕਰੇਗਾ। ਕੁਛ ਇੱਕ ਪੈਰਾਮੀਟਰਸ ਹੋਣਗੇ ਜਿਵੇਂ 2017-18 ਪਾਸ ਆਊਟ ਹੋਵੇ, 60% ਉੱਪਰ ਨੰਬਰ ਹੋਣ। ਸੋ ਜਿਹੜਾ ਬੱਚਾ ਸਾਡਾ ਐਡਮਿਸ਼ਨ ਕ੍ਰਾਈਟੀਰੀਆ ਮੀਟ ਕਰ ਰਿਹਾ ਹੋਏਗਾ, ਉਸ ਬੱਚੇ ਨੂੰ ਔਨ ਦਾ ਸਪੋਟ ਅਸੈਸਮੈਂਟ ਕਰਨ ਤੋਂ ਬਾਅਦ 50% ਤੱਕ ਸਕਾਲਰਸ਼ਿਪ ਅਵੇਲ ਕਰਾਈ ਜਾਏਗੀ। ਸੋ ਇਸ ਓਪਰਚੁਨਿਟੀ ਨੂੰ ਮੈਨੂੰ ਲੱਗਦਾ ਹਾਲ ਤੱਕ ਕਿਸੇ ਵੀ ਮੰਚ 'ਤੇ ਕਿਸੇ ਨੇ ਸ਼ੇਅਰ ਨਹੀਂ ਕੀਤਾ, ਸੋ ਇਸ ਕਰਕੇ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ। ਮਈ ਡੇਕ ਜਿੱਥੇ ਅੱਜ ਹਰ ਕੋਈ ਏਜੰਟ ਕਹਿ ਰਿਹਾ ਮਈ ਡੇਕ ਭਰ ਗਿਆ, ਮੁੱਕ ਗਿਆ, ਮੇਲੇ ਖਤਮ ਹੋ ਗਏ, ਉੱਥੇ ਅੱਜ RS ਗਲੋਬਲ ਤੁਹਾਡੇ ਲਈ ਮਈ ਡੇਕ ਦੇ ਲਈ ਸਪੈਸ਼ਲੀ ਯੂਨੀਵਰਸਿਟੀ ਨੂੰ ਸੱਦਾ ਦੇ ਕੇ ਤੁਹਾਡੇ ਦਰਵਾਜ਼ੇ ਲੈ ਕੇ ਆ ਰਿਹਾ, ਤੁਹਾਡੇ ਘਰ ਲੈ ਕੇ ਆ ਰਿਹਾ, ਤਾਂ ਕਿ ਤੁਸੀਂ ਮਈ ਡੇਕ ਵਿੱਚ ਆਫਰ ਲੈਟਰ ਲੈ ਕੇ ਮਈ ਡੇਕ ਦਾ ਵੀਜ਼ਾ ਅਪਲਾਈ ਕਰ ਸਕੋ। ਸੋ ਹਾਲੇ ਅਖੀਰਲਾ ਸਮਾਂ ਬਚਿਆ ਹੈ ਇਸ ਸੈਮੀਨਾਰ ਤੋਂ ਬਾਅਦ ਇਸ ਯੂਨੀਵਰਸਿਟੀ ਨੇ ਮਈ ਇਨਟੇਕ ਦੀਆਂ ਆਫਰ ਲੈਟਰ ਦੇਣੀਆਂ ਬੰਦ ਕਰ ਦੇਣੀਆਂ। ਸੋ ਇਸ ਓਪਰਚੁਨਿਟੀ ਨੂੰ ਗਵਾਇਓ ਨਾ। 4 ਸਾਲ ਦੀ ਬੈਚਲਰ ਡਿਗਰੀ ਹੈ, 2 ਸਾਲ ਦੀ ਮਾਸਟਰ ਡਿਗਰੀ ਹੈ। ਜੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਆਪਣਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ, ਉਹ ਵਾਲੀਆਂ ਸਟੂਡੈਂਟ ਜਿਹੜੇ ਮੈਰਿਡ ਨੇ। ਹੁਣ ਜੇ ਤੁਸੀਂ ਇੱਥੇ ਗ੍ਰੈਜੂਏਸ਼ਨ ਕੀਤੀ ਹੈ ਜਾਂ ਮਾਸਟਰ ਡਿਗਰੀ ਕਰ ਚੁੱਕੇ ਹੋ ਤਾਂ ਮਾਸਟਰ ਨੂੰ ਵੀ ਸਪੈਸ਼ਲਾਈਜ਼ ਪ੍ਰੋਗਰਾਮ ਵਿੱਚ ਲੈ ਕੇ ਤੁਸੀਂ ਜਦੋਂ ਫੋਰ ਐਗਜ਼ਾਮਪਲ ਇੱਥੇ ਕਿਸੇ ਬੱਚੇ ਨੇ MA ਕੀਤੀ ਹੈ ਜਾਂ MED ਕਰ ਲਈ ਹੈ, ਉਹ ਵੀ ਅੱਗੇ ਐਜੂਕੇਸ਼ਨ ਦੇ ਰਿਲੇਟਡ ਲੈ ਕੇ ਜਾਂ MBA ਪ੍ਰੋਗਰਾਮ ਲੈ ਕੇ ਅੱਗੇ ਮਾਸਟਰ ਡਿਗਰੀ ਕਰਨ ਜਾ ਸਕਦਾ। ਸੋ ਤਮਾਮ ਸਾਰੀਆਂ ਜਾਣਕਾਰੀਆਂ ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਜਾ ਕੇ ਵੀ ਲੈ ਸਕਦੇ ਹੋ। ਮਾਊਂਟ ਸੇਂਟ ਵਿੰਸੈਂਟ ਯੂਨੀਵਰਸਿਟੀ ਹੈ ਨੋਵਾ ਸਕੋਸ਼ੀਆ ਦੇ ਵਿੱਚ, 150 ਸਾਲ ਪੁਰਾਣੀ ਯੂਨੀਵਰਸਿਟੀ ਹੈ, ਲਗਭਗ 147 ਸਾਲ ਪੁਰਾਣੀ ਯੂਨੀਵਰਸਿਟੀ ਹੈ। ਸੋ ਏਡੀ ਪੁਰਾਣੀ ਅੱਛੇ ਰੈਂਕ ਦੀ ਗਵਰਨਮੈਂਟ ਯੂਨੀਵਰਸਿਟੀ 'ਚ ਪੜ੍ਹ ਕੇ ਕੱਲ੍ਹ ਨੂੰ PR ਲੈਣ ਦਾ ਰਸਤਾ ਸੌਖਾ ਹੋਏਗਾ ਹੋਏਗਾ, ਬਟ ਨਾਲ ਦੀ ਨਾਲ ਜਦੋਂ ਤੁਸੀਂ ਕਿਤੇ ਜੋਬ ਲੈਣ ਜਾਂਦੇ ਹੋ ਪੜ੍ਹਾਈ ਖਤਮ ਕਰਨ ਤੋਂ ਬਾਅਦ, ਤਾਂ ਤੁਹਾਨੂੰ ਪਹਿਲਾਂ ਪ੍ਰਾਇਓਰਟੀ ਮਿਲਦੀ ਹੈ ਕਿਉਂਕਿ ਤੁਸੀਂ ਯੂਨੀਵਰਸਿਟੀ 'ਚ ਪਾਸ ਆਊਟ ਹੋ ਜਿਹੜੀ ਇੱਕ ਅੱਛੇ ਰੈਂਕ ਦੀ ਯੂਨੀਵਰਸਿਟੀ ਹੈ। ਕਈ ਪ੍ਰੋਗਰਾਮ ਜਿਵੇਂ ਟੂਰਿਜ਼ਮ ਮੈਨੇਜਮੈਂਟ ਦੇ ਇਲਾਵਾ ਜਾਂ ਕਈ ਹੋਰ ਕੋਰਸਿਸ ਇਹੋ ਜਿਹੇ ਨੇ ਇਸ ਯੂਨੀਵਰਸਿਟੀ 'ਚ ਜਿੱਥੇ ਬੱਚਿਆਂ ਨੂੰ ਇੰਟਰਨਸ਼ਿਪ ਤੱਕ ਵੀ ਅਵੇਲੇਬਲ ਹੋਣਗੀਆਂ ਪੜ੍ਹਾਈ ਖਤਮ ਕਰਨ ਤੋਂ ਬਾਅਦ। ਫੋਰ ਐਗਜ਼ਾਮਪਲ 2 ਸਾਲ ਦਾ ਕੋਰਸ ਹੈ ਜਿਹਦੇ 'ਚ 1.5 ਸਾਲ ਦੀ ਪੜ੍ਹਾਈ ਹੋਏਗੀ, ਬਾਕੀ ਦੇ 6 ਮਹੀਨੇ ਦੀ ਇੰਟਰਨਸ਼ਿਪ ਹੋਏਗੀ, ਜਾਂ ਟੋਟਲ 2.5 ਸਾਲ ਦੀ ਪੜ੍ਹਾਈ ਹੋਏਗੀ, 3 ਮਹੀਨੇ ਦੀ ਇੰਟਰਨਸ਼ਿਪ ਹੋਏਗੀ। ਸੋ ਕਈ ਤਰ੍ਹਾਂ ਦੇ ਪ੍ਰੋਗਰਾਮ ਅਵੇਲੇਬਲ ਆ। ਸੈਮੀਨਾਰ ਦਾ ਹਿੱਸਾ ਬਣ ਕੇ ਤੁਸੀਂ ਉਹਨਾਂ ਸਾਰੇ ਤਮਾਮ ਕੋਰਸਿਸ ਬਾਰੇ ਜਾਣਕਾਰੀ ਲੈ ਸਕਦੇ ਹੋ, ਕੋਰਸਿਸ ਦੇ ਕੰਟੈਂਟਸ ਬਾਰੇ ਨੌਲੇਜ ਲੈ ਸਕਦੇ ਹੋ। ਇਸ ਤੋਂ ਇਲਾਵਾ ਫਰਦਰ ਤੁਹਾਡੇ PR ਦੇ ਕੀ ਪੁਆਇੰਟਸ ਰਹਿਣਗੇ, PR ਨੂੰ ਕਿਵੇਂ ਈਜ਼ਲੀ ਹਾਸਲ ਕੀਤਾ ਜਾ ਸਕਦਾ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ। ਸੋ ਡੋਂਟ ਮਿਸ ਦਾ ਓਪਰਚੁਨਿਟੀ ਔਨ 24th of January ਦਿਨ ਥਰਸਡੇ, ਜਲੰਧਰ ਦਫ਼ਤਰ ਵਿੱਚ ਮਾਊਂਟ ਸੇਂਟ ਵਿਨਸੈਂਟ ਯੂਨੀਵਰਸਿਟੀ ਦੇ ਡੈਲੀਗੇਟਸ ਨੂੰ ਮਿਲ ਕੇ ਸਿੱਧੇ ਤੌਰ 'ਤੇ ਆਪਣੀ ਤੁਸੀਂ ਮੁਲਾਕਾਤ ਕਰ ਸਕਦੇ ਹੋ, ਆਪਣੀ ਅਸੈਸਮੈਂਟ ਕਰਾ ਸਕਦੇ ਹੋ। ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਉਸ ਦਿਨ, ਫਰੀ ਆਫ ਕੋਸਟ ਤੁਹਾਨੂੰ ਇਹ ਇਨਫੋਰਮੇਸ਼ਨ ਵੰਡੀ ਜਾ ਰਹੀ ਹੈ। ਆਪਣੇ ਓਰੀਜਨਲ ਡਾਕੂਮੈਂਟ ਲੈ ਕੇ ਆਪਣੇ ਪੇਰੈਂਟਸ ਨੂੰ ਲੈ ਕੇ ਮਿਲੋ, ਬਟ ਇੱਕ ਕੋਸ਼ਿਸ਼ ਕਰੋ ਕਿ ਪਹਿਲਾਂ ਅਪਾਇੰਟਮੈਂਟ ਜ਼ਰੂਰ ਬੁੱਕ ਕਰਾ ਲਓ ਤਾਂ ਕਿ ਤੁਹਾਨੂੰ ਜ਼ਿਆਦਾ ਸਮਾਂ ਵੇਟ ਨਾ ਕਰਨੀ ਪਵੇ। ਨੰਬਰ ਹੈ ਜੀ 7050970509, ਯਾਨੀ ਕਿ 70509 ਅਤੇ 70509। ਇਸ ਨੰਬਰ 'ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਹੁੰਦਾ ਕਿ ਯਾਰ ਅੱਜ ਆਪਾਂ ਫੋਨ 'ਤੇ ਸਾਰੀ ਇਨਫੋਰਮੇਸ਼ਨ ਲੈ ਲਈਏ, ਸੋ ਜਿਹੜੀ ਟੈਲੀਕਾਲਿੰਗ ਟੀਮ ਬੈਠੀ ਹੈ ਉਹ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਤਾਂ ਨਹੀਂ ਦੇ ਸਕਦੀ ਤੁਹਾਨੂੰ ਕੀ ਰਿਕੁਆਇਰਮੈਂਟ ਹੈ, ਕੀ ਖਰਚਾ, ਕੀ ਫੀਸ ਸਟਰਕਚਰ ਹੈ, ਉਹਦੇ ਲਈ ਸੈਮੀਨਾਰ ਹੀ ਅਟੈਂਡ ਕਰਨਾ ਪੈਣਾ। ਸਿਰਫ ਇਸ ਨੰਬਰ 'ਤੇ ਕਾਲ ਕਰਕੇ 70509 70509 'ਤੇ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ। ਐਲੀਜੀਬਿਲਟੀ ਕ੍ਰਾਈਟੀਰੀਆ ਮੈਂ ਇਸ ਵੀਡੀਓ 'ਚ ਦੱਸ ਚੁੱਕਿਆ ਹਾਂ ਕਿ ਤੁਹਾਡੇ ਪੜ੍ਹਾਈ 'ਚ 2-4 ਸਾਲ ਦਾ ਗੈਪ ਹੈ, ਦੈਟ ਇਜ਼ ਅਸੈਪਟੇਬਲ। ਤੁਹਾਡੇ ਨੰਬਰ 55% ਉੱਪਰ ਹੈ, ਦੈਟ ਇਜ਼ ਅਸੈਪਟੇਬਲ। ਓਵਰਆਲ 6 ਬੈਂਡ ਨੋਟ ਲੈਸ ਦੈਨ 5.5 ਦੇ ਨਾਲ ਤੁਸੀਂ ESL ਪ੍ਰੋਗਰਾਮ ਲੈ ਕੇ ਜਾ ਸਕਦੇ ਹੋ। ਜੇ ਕਿਸੇ ਸਟੂਡੈਂਟ ਦੇ 6.5 ਬੈਂਡ 6C 'ਚ ਨੇ, ਉਹ ਡਾਇਰੈਕਟਲੀ ਡਿਗਰੀ 'ਚ ਦਾਖਲ ਲੈ ਸਕਦਾ ਵਿਦਾਊਟ ESL ਪ੍ਰੋਗਰਾਮ। ਸੋ ਆਈ ਥਿੰਕ ਇਹ ਇਨਫੋਰਮੇਸ਼ਨ ਤੁਹਾਨੂੰ ਉਹਨਾਂ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰ ਦੇਣੀ ਚਾਹੀਦੀ ਹੈ ਜਿਹੜੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਆ ਅਤੇ ਅੱਜ ਸਪਤੰਬਰ ਇਨਟੇਕ ਲਈ ਆਫਰ ਲੈਟਰ ਅਪਲਾਈ ਕਰ ਰਹੇ ਨੇ ਜਾਂ ਕਰ ਚੁੱਕੇ ਨੇ ਅਤੇ ਮਹੀਨਾ ਹੋ ਚੁੱਕਾ ਆਫਰ ਲੈਟਰ ਨਹੀਂ ਆਈ। ਉਹਨਾਂ ਬੱਚਿਆਂ ਲਈ May 2019 ਵਿੱਚ ਵੀ ਪੜ੍ਹਨ ਜਾਣ ਦਾ ਮੌਕਾ ਅਵੇਲੇਬਲ ਹੈ। ਦਿਸ ਇਜ਼ ਦਾ ਲਾਸਟ ਓਪਰਚੁਨਿਟੀ। ਜਿਵੇਂ ਇੱਕ ਹੁੰਦਾ ਨਾ ਜਦੋਂ ਅਸੀਂ ਫਲਾਈਟ ਫੜਨੀ ਹੋਵੇ ਤਾਂ ਬਾਰ ਬਾਰ ਅਨਾਊਂਸਮੈਂਟ ਕਰਦੇ ਆ ਕਿ ਲਾਸਟ ਓਪਰਚੁਨਿਟੀ ਜਾਂ ਲਾਸਟ ਕਾਲ। ਸੋ ਦਿਸ ਇਜ਼ ਦਾ ਲਾਸਟ ਕਾਲ ਉਹਨਾਂ ਸਟੂਡੈਂਟ ਲਈ ਜਿਹੜੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਨੇ, ਜਿਨ੍ਹਾਂ ਦੇ ਓਵਰਆਲ 6 ਬੈਂਡ ਕਿਸੇ 1 'ਚੋਂ 5.5 ਰਹਿ ਗਏ ਨੇ, ਉਹ ਵੀ ਇਸ ਯੂਨੀਵਰਸਿਟੀ 'ਚ ਪੜ੍ਹ ਕੇ ਵੀਜ਼ਾ ਸਕਸੈਸ ਰੇਸ਼ੋ ਵਧਾ ਸਕਦੇ ਆ।
ਮੈਂ ਮੰਨਦਾ ਪੰਜਾਬ ਦੇ ਵਿੱਚ ਨੋਨ ਐਸ ਡੀ ਐਸ ਕੈਟਾਗਰੀ ਦੇ ਕਾਫੀ ਵੀਜ਼ੇ ਰਿਫਿਊਜ਼ ਹੋ ਚੁੱਕੇ ਨੇ, ਬਟ ਉਹਨਾਂ ਬੱਚਿਆਂ ਨੂੰ ਅੱਜ ਤੱਕ ਸ਼ਾਇਦ ਇਹ ਨੌਲੇਜ ਨਾ ਮਿਲ ਸਕੀ ਹੋਵੇ ਕਿ ਨੋਨ ਐਸ ਡੀ ਐਸ ਕੈਟਾਗਰੀ ਨਾਲੋਂ ਵੀ ਉੱਪਰ ਦੀ ਕੈਟਾਗਰੀ ਹੈ ਯੂਨੀਵਰਸਿਟੀ ਕੈਟਾਗਰੀ। ਅਤੇ ਜੇ ਤੁਸੀਂ ਇੱਕ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਜਾਂਦੇ ਹੋ, ਤੁਹਾਡਾ ਕੇਸ ਐਸ ਡੀ ਐਸ ਕੈਟਾਗਰੀ 'ਚ ਨਹੀਂ ਲੱਗਦਾ, ਨਾ ਹੀ ਨੋਨ ਐਸ ਡੀ ਐਸ ਕੈਟਾਗਰੀ 'ਚ ਲੱਗਦਾ, ਤੁਹਾਡਾ ਕੇਸ ਇੱਕ ਯੂਨੀਵਰਸਿਟੀ ਕੈਟਾਗਰੀ 'ਚ ਲੱਗਦਾ ਜਿਹਦੇ 'ਚ ਹਮੇਸ਼ਾ ਸਕਸੈਸ ਰੇਟ ਨੋਨ ਐਸ ਡੀ ਐਸ ਦੇ ਨਾਲੋਂ ਜ਼ਿਆਦਾ ਰਹਿੰਦੇ ਆ। ਸੋ ਯੂਨੀਵਰਸਿਟੀ 'ਚ ਪੜ੍ਹ ਕੇ ਤੁਸੀਂ ਆਪਣਾ ਇੱਕ ਤਾਂ ਵੀਜ਼ਾ ਦਰ ਵਧਾ ਸਕਦੇ ਹੋ, ਦੂਜਾ ਅੱਛੀਆਂ ਵਾਈਡ ਰੇਂਜ ਆਫ ਕੋਰਸਸ ਤੁਹਾਨੂੰ ਸਿਲੈਕਟ ਕਰਨ ਨੂੰ ਮਿਲ ਸਕਦੇ ਆ। ਪੜ੍ਹਾਈ ਖਤਮ ਕਰਨ ਤੋਂ ਬਾਅਦ ਤੁਹਾਨੂੰ ਜੋਬ ਲੈਣ ਵਿੱਚ ਕਾਫੀ ਐਜੂਕੇਸ਼ਨ ਡਿਗਰੀ ਜਿਹੜੀ ਯੂਨੀਵਰਸਿਟੀ ਦੀ ਹੁੰਦੀ ਹੈ ਉਹ ਸਹਾਈ ਹੁੰਦੀ, ਹੈਲਪਫੁਲ ਹੈਲਪ ਕਰਦੀ ਹੈ। ਮੋਰ ਓਵਰ ਪੀ ਆਰ ਦੇ ਪੁਆਇੰਟ ਆਫ ਵਿਊ ਨਾਲ ਵੇਖਾਂ ਤਾਂ ਜਿੱਥੇ ਇਹ ਯੂਨੀਵਰਸਿਟੀ ਹੈ ਨੋਵਾ ਸਕੋਸ਼ੀਆ ਦੇ ਵਿੱਚ, ਤੁਹਾਨੂੰ ਪੀ ਆਰ ਨੂੰ ਲੈ ਕੇ ਬਹੁਤੀਆਂ ਮੁਸ਼ਕਲਾਂ ਬਹੁਤੀਆਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸੋ ਮੇਰੀ ਆਵਾਜ਼ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਲੇਟ ਜੁੜੇ ਸਾਡੇ ਨਾਲ। ਦਿਸ ਇਜ਼ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਵਿਚ ਯੂ ਹੈਵ ਟੂ ਸ਼ੇਅਰ ਵਿਦ ਯੋਰ ਫਰੈਂਡਸ ਤਾਂ ਕਿ ਉਹ ਇਸ ਓਪਰਚੁਨਿਟੀ ਨੂੰ ਅਵੇਲ ਕਰ ਸਕਣ। ਹੁਣ ਜਵਾਬ ਲੈ ਸਵਾਲ ਲੈਣੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਨੂੰ ਸਵਾਲ ਭੇਜੇ ਨੇ। ਸਾਰਿਆਂ ਨੇ ਪਹਿਲਾਂ ਗੁੱਡ ਮੋਰਨਿੰਗ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਲਿਖੀ ਹੈ। ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰੀ ਗੁੱਡ ਈਵਨਿੰਗ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਸਲਾਮ। ਤੁਸੀਂ ਸਾਡੇ ਨਾਲ ਫੇਸਬੁੱਕ 'ਤੇ ਜੁੜਦੇ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ। ਢਿੱਲੋਂ, ਕੈਮੀ, ਹੈਲੋ ਜੀ, ਹੈਲੋ ਵੀਰਪਾਲ, ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ। ਨਵਜੋਤ ਚਾਹਲ, ਰਾਮਗੜੀਆ, ਵੈਰੀ ਗੁੱਡ ਈਵਨਿੰਗ। ਹਰਪਿੰਦਰ ਸਿੰਘ ਦੇ ਦੁਬਈ ਵਾਲਾ ਲਈ ਕੁਛ ਦੱਸੋ ਸਰ। ਹਰਪਿੰਦਰ ਜੀ, ਦੁਬਈ ਵਾਲਿਆਂ ਲਈ ਆਲਰੇਡੀ ਕਾਫੀ ਕੁਛ ਅਸੀਂ ਅਲੱਗ ਅਲੱਗ ਮੰਚ 'ਤੇ ਦੱਸਦੇ ਰਹੀਦਾ, ਬਟ ਅੱਜ ਦਾ ਟੋਪਿਕ ਜਿਹੜਾ ਹੈ ਉਹ ਸੈਮੀਨਾਰ ਨੂੰ ਲੈ ਕੇ ਸੀਗਾ। ਬਟ ਫਿਰ ਵੀ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਡੈਫੀਨੇਟਲੀ ਮੈਂ ਅਗਲੇ ਆਪਣੇ ਸ਼ੋਅਜ਼ ਵਿੱਚ ਇਹਦੇ ਬਾਰੇ ਜ਼ਰੂਰ ਡਿਸਕਸ ਕਰਾਂਗਾ। ਦੁਬਈ ਦਾ ਜੋ ਸਾਡਾ ਪ੍ਰੋਗਰਾਮ ਹੈ, ICC ਕਾਲਜ ਪੜ੍ਹ ਕੇ ਤੁਸੀਂ ਕਿਵੇਂ ਇੱਕ ਚੰਗੇ ਲੈਵਲ ਦੇ ਸ਼ੈੱਫ ਬਣ ਕੇ ਇੱਕ ਚੰਗੀ ਜ਼ਿੰਦਗੀ ਸ਼ੁਰੂਆਤ ਕਰ ਸਕਦੇ ਹੋ। ਗੌਰਵ, ਸਤਿ ਸ਼੍ਰੀ ਅਕਾਲ। ਸ਼ਿਖਾ, ਗੁੱਡ ਈਵਨਿੰਗ। ਰੀਤ ਸੰਧੂ, ਗੁੱਡ ਈਵਨਿੰਗ। ਪ੍ਰੀਤ ਐਂਜਲ, ਥੈਂਕ ਯੂ ਸਰ ਫੋਰ ਗ੍ਰੇਟ ਓਪਰਚੁਨਿਟੀ, ਥੈਂਕ ਯੂ। ਕੌਰ ਡੀ, ਵੈਰੀ ਗੁੱਡ ਈਵਨਿੰਗ। ਅੰਕਿਤ ਯਾਦਵ, ਹੈਲੋ, ਹਾਵ ਆਰ ਯੂ, ਆਮ ਗੁੱਡ, ਫਾਈਨ, ਥੈਂਕ ਯੂ। ਬਦਰ, ਕੀ ਹਾਲ ਆ? ਅੰਕਿਤ ਯਾਦਵ ਸਾਡਾ 2009-10 ਦਾ ਸਟੂਡੈਂਟ ਜੋ UK ਗਿਆ ਸੀ, ਅੱਜ ਆਇਰਲੈਂਡ 'ਚ ਆਈ ਥਿੰਕ PR ਲੈ ਚੁੱਕਿਆ, ਪੱਕਾ ਹੋ ਚੁੱਕਿਆ, ਬਟ ਹਾਲੇ ਪਾਰਟੀ ਦੀ ਪੈਂਡਿੰਗ ਹੈ। ਸਾਨੂੰ ਪਾਰਟੀ ਜਿੱਤੀ ਨਹੀਂ ਦੇ, ਫਾਦਰ ਨੇ, ਅੰਕਲ ਨੇ ਵਾਅਦਾ ਕੀਤਾ ਸੀ ਤੁਹਾਨੂੰ ਪਾਰਟੀ ਦੇਵਾਂਗੇ, ਪਰ ਹਾਲੇ ਤੱਕ ਪਾਰਟੀ ਤੁਹਾਡੀ ਪੈਂਡਿੰਗ ਅੰਕਿਤ ਜੀ। ਐਨੀਵੇਜ਼, ਗੋਡ ਬਲੈਸ ਯੂ ਬਦਰ, ਜਿਉਂਦਾ ਵੱਜਦਾ ਰਹੇ ਮੁੰਡਿਆ। ਮਯੰਕ ਕੋਹਲੀ ਸਰ, ਨਿਊਜ਼ੀਲੈਂਡ ਬਾਰੇ ਦੱਸੋ। ਨਿਊਜ਼ੀਲੈਂਡ ਦੇ ਲਈ ਦੋਸਤ, ਜਿਹੜਾ ਵੀ ਬੱਚਾ ਪਲੱਸ ਟੂ ਹੈ, 5.5 ਬੈਂਡ ਦੀ ਰਿਕੁਆਇਰਮੈਂਟ ਹੈ, ਲੈਵਲ 5-6 ਪੜ੍ਹਨ ਜਾ ਸਕਦਾ। ਪਹਿਲੇ ਸਾਲ ਦੀ ਫੀਸ $16,000 to $18,000 ਹੈ, 5.5 ਬੈਂਡ ਦੀ ਰਿਕੁਆਇਰਮੈਂਟ ਹੈ। ਅਗਲੇ ਸਾਲ ਦੀ ਫੀਸ ਅੱਧੀ ਰਹਿ ਜਾਂਦੀ ਹੈ, ਫੀਸ ਵੀਜ਼ਾ ਲੱਗਣ ਤੋਂ ਬਾਅਦ ਜਾਂਦੀ ਹੈ। ਅੱਜ ਜਿਸ ਬੱਚੇ ਦੇ ਕੋਲ ਜੈਨੂਨ ਫੰਡਸ ਅਵੇਲੇਬਲ ਹੈ, ਮੈਂ ਉਹਦਾ 100% ਵੀਜ਼ਾ ਲਵਾ ਕੇ ਦੇਣ ਦੀ ਗਰੰਟੀ ਲੈਂਦਾ, ਜੇ ਉਹਦੇ ਫੰਡਸ ਜੈਨੂਨ ਆ ਤਾਂ। ਕੋਈ ਵੀ ਵੀਕ ਪ੍ਰੋਫਾਈਲ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੀ, 5.5 ਬੈਂਡ 'ਤੇ, ਜਾਂ ਕੈਨੇਡਾ ਰਿਫਿਊਜ਼ ਹੋ ਚੁੱਕਿਆ, ਸਾਡੀ ਐਕਸਪਰਟ ਟੀਮ ਨੂੰ ਜਲੰਧਰ, ਨਵਾਂਸ਼ਹਿਰ, ਮੋਹਾਲੀ ਦਫ਼ਤਰਾਂ 'ਚ ਆ ਕੇ ਮਿਲੋ। ਜੇ ਮੇਰੇ ਨਾਲ ਮਿਲਣਾ ਚਾਹੁੰਦੇ ਹੋ, ਅਪਾਇੰਟਮੈਂਟ ਲੈ ਕੇ ਮਿਲੋ। ਦਾਅਵਾ ਕਰਦਾ ਉਸ ਰਿਫਿਊਜ਼ਲ ਲੈਟਰ ਨੂੰ ਵੀਜ਼ੇ 'ਚ ਚੇਂਜ ਕਰਾ ਕੇ ਦਿਖਾਊਂਗਾ, ਬਸ਼ਰਤੇ ਤੁਹਾਡੇ ਕੋਲ ਫੰਡਸ ਜੈਨ ਹੋਣੇ ਚਾਹੀਦੇ ਆ। ਸੋ ਨਿਊਜ਼ੀਲੈਂਡ ਇਜ਼ ਵੈਰੀ ਗੁੱਡ ਆਪਸ਼ਨ ਫੋਰ ਦੋ ਸਟੂਡੈਂਟਸ ਹੂ ਹੈਵਿੰਗ 5.5 ਬੈਂਡਸ ਇਨ ਆਇਲਟਸ, ਔਰ ਜਿਹਨਾਂ ਦੀ ਪਰਸੈਂਟੇਜ 60% ਤੋਂ ਘੱਟ ਹੈ, 50% ਤੋਂ ਉੱਪਰ ਹੈ, ਉਹਨਾਂ ਲਈ ਬੜੀ ਵਧੀਆ ਓਪਰਚੁਨਿਟੀ ਹੈ। ਨਿਊਜ਼ੀਲੈਂਡ ਪੜ੍ਹ ਕੇ ਇੱਕ ਚੰਗਾ ਫਿਊਚਰ ਬਣਾਇਆ ਜਾ ਸਕਦਾ। ਰਾਜਪ੍ਰੀਤ ਸਿੰਘ ਰਾਜਪੂਤ, ਗੁੱਡ ਈਵਨਿੰਗ ਸਰ ਜੀ, ਥੈਂਕ ਯੂ ਫੋਰ ਗਿਵਿੰਗ ਫਰੂਟਫੁਲੀ ਇਨਫੋਰਮੇਸ਼ਨ, ਥੈਂਕ ਯੂ ਜੀ। ਮਨਪ੍ਰੀਤ ਮੰਨਾ ਪਿੰਦਾ ਜੱਟ, ਓਕੇ, ਥੈਂਕ ਯੂ, ਗੁੱਡ ਈਵਨਿੰਗ, ਗੁੱਡ ਈਵਨਿੰਗ ਸਰ। ਕੈਂਟ ਸਦਾਰਨੀ ਵੀ, ਗੁੱਡ ਈਵਨਿੰਗ। ਐਸ ਸੋਹਲ ਸਰ, ਕੈਨੇਡਾ ਯੂਨੀਵਰਸਿਟੀ ਔਰ ਕਾਲਜ ਨੂੰ ਟਿਊਸ਼ਨ ਫੀਸ ਟ੍ਰਾਂਸਫਰ ਬਾਰੇ ਦੱਸੋ। ਯੂਨੀਵਰਸਿਟੀ ਦੀ ਜਿਹੜੀ ਰਿਕੁਆਇਰਮੈਂਟ ਉਹ 1 ਸਾਲ ਦੀ ਫੀਸ ਟ੍ਰਾਂਸਫਰ ਕਰਨ ਦੀ ਨਹੀਂ ਹੁੰਦੀ ਦੋਸਤ, ਬਟ ਫਿਰ ਵੀ ਹਰ ਇੱਕ ਯੂਨੀਵਰਸਿਟੀ ਦਾ ਆਪਦਾ ਕ੍ਰਾਈਟੀਰੀਆ ਹੈ। ਤੁਸੀਂ ਮਾਊਂਟ ਸੇਂਟ ਵਿਨਸੈਂਟ ਯੂਨੀਵਰਸਿਟੀ 'ਚ ਹਾਫ ਫੀਸ ਪੇ ਕਰਕੇ ਵੀ, ਯਾਨੀ ਕਿ $10,000 ਫੀਸ ਪੇ ਕਰਕੇ ਵੀ ਤੁਸੀਂ ਆਪਣਾ ਲੈਟਰ ਆਫ ਐਕਸੈਪਟੈਂਸ ਲੈ ਸਕਦੇ ਹੋ, LOA ਲੈ ਸਕਦੇ ਹੋ। ਸਾਲ ਦੀ ਫੀਸ ਪੇ ਕਰਨ ਦੀ ਲੋੜ ਨਹੀਂ, ਕਿਉਂਕਿ ਤੁਹਾਡਾ ਜਿਹੜਾ ਕੇਸ ਹੈ ਉਹ ਯੂਨੀਵਰਸਿਟੀ ਕੈਟਾਗਰੀ 'ਚ ਲੱਗਣਾ ਹੈ, 1 ਸਾਲ ਦੀ ਫੀਸ ਪੇ ਕਰਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਵਰਕ ਪਰਮਿਟ ਤਾਂ ਹੈ ਹੀ, ਬਿਲਕੁਲ ਜੀ, ਵਰਕ ਪਰਮਿਟ ਦਾ ਵੀ, ਜਿਹੜੇ ਪੜ੍ਹਾਈ ਪੂਰੀ ਕਰਦੇ ਹੋ 2 ਸਾਲ ਦੀ, ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਇਸ ਯੂਨੀਵਰਸਿਟੀ 'ਚ ਪੜ੍ਹਾਈ ਖਤਮ ਕਰਨ ਤੋਂ ਬਾਅਦ। ਗੁਲਾਲ ਸੰਧੂ, ਵਰਕ ਪਰਮਿਟ ਦਾ ਵੀ ਕਰਦੇ ਹੋ? ਨਹੀਂ ਜੀ, ਵਰਕ ਪਰਮਿਟ ਦਾ ਬਿਲਕੁਲ ਨਹੀਂ ਕਰਦੇ, ਨਾ ਹੀ ਕਰਨ ਦਾ ਕੋਈ ਵਿਚਾਰ ਹੈ, ਕਿਉਂਕਿ ਠੱਗੀਆਂ ਦਾ ਕੰਮ ਮੇਰੇ ਪਿਓ ਨੇ ਮੈਨੂੰ ਸਿਖਾਇਆ ਨਹੀਂ ਕਿ ਠੱਗੀ ਕਿਵੇਂ ਮਰਦੀ, ਇਸ ਕਰਕੇ ਵਰਕ ਪਰਮਿਟ ਨਹੀਂ ਦੋਸਤ। ਯੈਸ, ਜੇ ਤੁਸੀਂ ਦੁਬਈ, ਦੋਹਾ, ਕਤਰ, ਸਿੰਗਾਪੁਰ ਇਹਨਾਂ ਕੰਟਰੀ 'ਚ ਵਰਕ ਪਰਮਿਟ ਲਈ ਜਾਣਾ ਚਾਹੁੰਦੇ ਹੋ, ਤਾਂ ਡਾਇਰੈਕਟਲੀ ਵੀ ਤੁਸੀਂ ਉਹਨਾਂ ਇੰਪਲੋਇਰਸ ਨਾਲ ਸੰਪਰਕ ਕਰੋ ਜਿੱਥੇ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ। ਮੈਂ ਕੌਲੀ ਬੈਂਡ 6 ਬੈਂਡ ਓਵਰਆਲ, ਨੋਟ ਲੈਸ ਦੈਨ 5.5 ਰਿਕੁਆਇਰਮੈਂਟ ਆ ਵਿਦ ESL, ਬਟ ਇਫ ਯੂ ਹੈਵ 6.5 ਓਵਰਆਲ, 6 in each, ਯੂ ਕੈਨ ਅਪਲਾਈ ਡਾਇਰੈਕਟਲੀ ਇਨ ਮਾਸਟਰਸ ਔਰ ਬੈਚਲਰ ਡਿਗਰੀ ਵਿਦਆਊਟ ESL ਪ੍ਰੋਗਰਾਮ। ਗੁੱਡ ਈਵਨਿੰਗ ਤੁਹਾਨੂੰ ਗਗਨਦੀਪ, ਗੁੱਡ ਈਵਨਿੰਗ ਸਰ, ਵੈਰੀ ਗੁੱਡ ਈਵਨਿੰਗ।
ਮੈਂਕ ਦਾ ਸਵਾਲ ਅਗੇਨ ਸਰ, ਉਸ ਕਾਲਜ PT ਅਸੈਪਟੇਬਲ ਹੈ? ਤੁਸੀਂ ਕਿਸ ਕਾਲਜ ਦੀ ਗੱਲ ਕਰ ਰਹੇ ਹੋ ਦੋਸਤ? ਜੇ ਮਾਊਂਟ ਸੈਂਟ ਵਿੰਸੈਂਟ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ, ਜਿਸ ਯੂਨੀਵਰਸਿਟੀ ਬਾਰੇ ਮੈਂ ਦੱਸ ਰਿਹਾ, ਉਹਦੇ ਵਿੱਚ ਤਾਂ PT ਬਾਰੇ ਹਾਲੇ ਕਲੈਰੀਫਿਕੇਸ਼ਨ ਨਹੀਂ ਹੋਈ, ਕਿਉਂਕਿ ਸਾਨੂੰ ਸਵਾਲ ਪੁੱਛਿਆ ਵੀ ਨਹੀਂ ਕਿਸੇ ਨੇ। ਬਟ ਯੈਸ, ਫਿਰ ਵੀ ਅਗਰ ਤੁਸੀਂ PT ਕੀਤਾ ਤਾਂ ਆਪਣਾ ਸਾਨੂੰ ਡਾਕੂਮੈਂਟਸ, ਐਜੂਕੇਸ਼ਨਲ ਡਾਕੂਮੈਂਟਸ, ਪਾਸਪੋਰਟ ਦੀ ਕਾਪੀ ਅਤੇ PT ਦਾ ਸਕੋਰ ਕਾਰਡ ਸਾਨੂੰ ਵਟਸਐਪ ਕਰ ਦਿਓ 9779777877 'ਤੇ। ਮੇਰੀ ਟੀਮ ਤੁਹਾਨੂੰ ਵਿਦਇਨ 2-3 ਆਵਰ ਵਿੱਚ ਕਨਫਰਮ ਕਰਕੇ ਦੱਸ ਦੇਗੀ ਕਿ PT ਅਸੈਪਟੇਬਲ ਹੈ ਕਿ ਨਹੀਂ। ਵੈਸੇ ਮੇਰੇ ਖਿਆਲ ਨਾਲ ਨਹੀਂ। ਪ੍ਰਿੰਕਾ, ਓਕੇ, ਥੈਂਕ ਯੂ। ਪ੍ਰੀਤ ਜੱਟ, ਸਰ ਮੇਰੀ ਵਾਈਫ ਨੇ MCOM ਕੀਤੀ ਸੀ 2004 'ਚ ਐਂਡ IELTS 6 ਬੈਂਡ ਈਚ ਆ ਐਂਡ 2004 ਤੋਂ ਕੰਟੀਨਿਊ ਜੋਬ ਕਰ ਰਹੇ ਆ, ਕਿ ਕੈਨੇਡਾ ਦਾ ਕੁਛ ਹੋ ਸਕਦਾ? ਦੋਸਤ, 14 ਸਾਲ ਦਾ ਐਕਸਪੀਰੀਅੰਸ ਤੁਹਾਡੀ ਵਾਈਫ ਨੂੰ ਹੋ ਚੁੱਕਿਆ 14 ਸਾਲ ਤੋਂ ਉੱਪਰ ਦਾ, ਫਿਰ ਤੁਸੀਂ ਸਟੂਡੈਂਟ ਵੀਜ਼ੇ 'ਤੇ ਜਾ ਕੇ ਕਾਹਤੋਂ ਪੰਗੇ ਲੈਣ ਨੇ? ਸਿੱਧਾ PR ਅਪਲਾਈ ਕਰੋ। ਅਗਰ 6 ਬੈਂਡ ਈਚ ਹੈਗੇ ਆ, ਯੂ ਕੈਨ ਅਪਲਾਈ ਫੋਰ ਪਰਮਨੈਂਟ ਰੈਜੀਡੈਂਸੀ। ਲੇਟਰ ਔਨ ਤੁਸੀਂ ਆਪਣਾ IELTS ਦਾ ਸਕੋਰ ਕਾਰਡ ਸਕੋਰ ਵਧਾ ਕੇ ਅਗਰ 7 ਬੈਂਡ ਤੁਹਾਡੇ ਆ ਜਾਂਦੇ ਨੇ, 8777 ਤੁਹਾਡੀ ਵੈਸੇ PR ਹੋ ਜਾਣੀ ਹੈ MCOM ਜੇ ਕੀਤੀ ਹੈ ਤਾਂ। ਸੋ ਬੈਟਰ ਹੈ, ਹੁਣ ਦੇਖੋ ਜਿਹੜਾ ਕੰਸਲਟੈਂਟ ਸਟੱਡੀ ਵੀਜ਼ਾ ਡੀਲ ਕਰਦਾ ਉਹਨੇ PR ਬਾਰੇ ਕਦੇ ਸਲਾਹ ਦੇਣੀ ਨਹੀਂ, ਬਟ ਅਸੀਂ PR ਐਂਡ ਸਟੂਡੈਂਟ ਦੋਨੋਂ ਕੈਟਾਗਰੀ ਨੂੰ ਡੀਲ ਕਰਦੇ। ਇਸ ਕਰਕੇ ਤੁਹਾਨੂੰ ਮੈਂ ਨਾਲ PR ਦੀ ਸਲਾਹ ਵੀ ਦੇ ਰਿਹਾ ਕਿ ਜੇ ਤੁਹਾਡੇ ਕੋਲ 10-12-14 ਸਾਲ ਦਾ ਅਗਰ ਐਕਸਪੀਰੀਅੰਸ ਹੈ, ਫਿਰ ਦੋ ਆਪਣੇ ਆਪ ਨੂੰ ਸਟੂਡੈਂਟ ਬਣਾ ਕੇ ਕਾਹਤੋਂ ਆਪਣਾ ਪੈਸਾ ਔਰ ਸਮਾਂ ਖਰਾਬ ਕਰ ਰਹੇ ਹੋ? ਸੋ ਮੇਰੀ ਸਲਾਹ, ਤੁਸੀਂ ਆਪਣੀ PR ਦੀ ਅਸੈਸਮੈਂਟ ਆਪਣੀ ਕਰਾਓ, ਆਪਣਾ ਸਾਨੂੰ ਅਪਡੇਟਡ CV ਭੇਜੋ। ਪ੍ਰੀਤ ਜੱਟ ਜੋ ਵੀ ਤੁਹਾਡੀ ID ਹੈ ਮਿਸਟਰ, ਤੁਸੀਂ ਸਾਨੂੰ ਆਪਣਾ ਅਪਡੇਟ CV ਭੇਜੋ, ਮੇਰੀ PR ਦੀ ਟੀਮ ਤੁਹਾਨੂੰ ਕੰਟੈਕਟ ਕਰੇਗੀ। ਇਹ ਈਮੇਲ ID ਹੈ ਜੀ enquiryrsglobal@gmail.com enquiryrsglobal@gmail.com 'ਤੇ ਆਪਣਾ ਵਾਈਫ ਦਾ ਅਤੇ ਆਪਦਾ ਅਪਡੇਟਡ CV ਜਿਹੜਾ ਰਿਜ਼ਿਊਮ ਹੈ ਸਾਨੂੰ ਮੇਲ ਕਰ ਦਿਓ। ਮੇਰੀ ਟੀਮ ਤੁਹਾਨੂੰ 24-48 ਆਵਰਸ ਵਿੱਚ ਰਿਵਰਟ ਕਰੇਗੀ ਤੁਹਾਡੇ ਪੁਆਇੰਟਸ ਕਿਵੇਂ ਬਣ ਰਹੇ ਨੇ ਔਰ ਕਿਵੇਂ ਕਿਵੇਂ ਤੁਹਾਡੇ PR ਦਾ ਪ੍ਰੋਸੈਸ ਹੋਏਗਾ। ਤਾਂ ਬੈਟਰ ਹੈ ਤੁਸੀਂ ਜਲੰਧਰ, ਮੋਹਾਲੀ ਜਾਂ ਨਵੇਂ ਸ਼ਹਿਰ ਦਫ਼ਤਰਾਂ 'ਚ ਆਪਣੇ ਡਾਕੂਮੈਂਟ ਲੈ ਕੇ ਨਾਲ ਮਿਲੋ, ਤਾਂ ਕਿ ਤੁਹਾਨੂੰ PR ਦੇ ਪੂਰੇ ਪਰਿਵਾਰ ਦੀ ਪੱਕੇ ਤੌਰ 'ਤੇ PR ਕਰਾਉਣ ਵਿੱਚ ਅਸੀਂ ਹੈਲਪ ਕਰ ਸਕੀਏ। ਲਾਲੀ ਰਿਆੜ ਗੁਰਦਾਸਪੁਰੀਆ, ਬੜਾ ਪੁਰਾਣਾ ਫੈਨ ਐਂਡ ਹਰ ਵਾਰ ਨਾਲ ਜੁੜਦੇ ਨੇ, ਥੈਂਕ ਯੂ ਬ੍ਰਦਰ। ਗੁੱਡ ਈਵਨਿੰਗ ਜੀ, ਵੈਰੀ ਗੁੱਡ ਈਵਨਿੰਗ, ਗੁੱਡ ਇਨਫੋਰਮੇਸ਼ਨ ਬ੍ਰਦਰ, ਥੈਂਕ ਯੂ ਮਿਸਟਰ ਲਾਲੀ ਰਿਆੜ ਐਂਡ ਥੈਂਕਸ ਫੋਰ ਸਪੋਰਟਿੰਗ ਅਸ। ਕੈਂਡੀ ਸਾਡੀ ਵੀਡੀਓ ਸ਼ੇਅਰ ਕਰ ਦਿਓ ਜੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ। ਜਸਪ੍ਰੀਤ ਗੁਪਤਾ, ਥੈਂਕ ਯੂ ਜਸਪ੍ਰੀਤ। ਮਿਸਟਰ ਸੋਹਲ, ਫੀ ਟ੍ਰਾਂਸਫਰ ਬਾਰੇ ਵੀ ਦੱਸੋ। 6 ਮੰਥ ਦੀ ਫੀਸ ਘੱਟੋ ਘੱਟ ਟ੍ਰਾਂਸਫਰ ਕਰਨੀ ਪਏਗੀ ਯੂਨੀਵਰਸਿਟੀ ਕੈਟਾਗਰੀ ਦੇ ਵਿੱਚ, ਵਿਚ ਇਜ਼ ਅਪਰੋਕਸੀਮੇਟਲੀ $8,000-$10,000। ਆਸਟ੍ਰੇਲੀਆ, ਮੇਨ ਟੇਕ ਬਾਰੇ ਦੱਸੋ ਜੀ, ਪ੍ਰੋਫਾਈਲ ਦੱਸੋ ਮਿਸਟਰ ਰਿਆੜ। ਮੈਂ ਦੱਸਦਾ ਫਿਰ, ਮੇਨ ਟੇਕ ਹਾਲੇ ਅਵੇਲੇਬਲ ਹੈ ਬਟ ਬਹੁਤ ਸਾਰੀ ਯੂਨੀਵਰਸਿਟੀ ਦੇ ਵਿੱਚ ਖਤਮ ਹੋ ਚੁੱਕੀਆਂ ਨੇ ਸੀਟਸ। ਜੇ ਕੋਈ ਨੋਨ ਮੈਡੀਕਲ ਰਿਲੇਟਡ ਜਾਂ MBA ਵਾਲਾ ਕੋਰਸ ਲੈਣਾ ਚਾਹੁੰਦੇ ਹੋ ਉਹ ਤਾਂ ਹਾਲੇ ਅਵੇਲੇਬਲ ਹੈ, ਬਟ ਜੇ ਤੁਸੀਂ ਕੋਈ IT ਦੀ ਡਿਗਰੀ ਕਰਨਾ ਚਾਹੁੰਦੇ ਹੋ ਬੈਚਲਰ, ਉਹ ਫਿਲ ਹੋ ਚੁੱਕੀ ਨੇ ਸੀਟਸ। ਅਭੀ ਗੁਪਤਾ, ਸਟੱਡੀ ਵੀਜ਼ਾ ਵਿਦ ਗੈਪ ਆਫ 10 ਈਅਰ ਇਜ਼ ਪੋਸੀਬਲ ਇਨ ਆਸਟ੍ਰੇਲੀਆ? ਨੋ, ਨੈਵਰ। ਇਫ ਯੂ ਹੈਵ 10 ਈਅਰ ਜੋਬ ਜਸਟੀਫਿਕੇਸ਼ਨ ਔਰ ਪਰੂਫ ਦੈਟ ਯੂ ਹੈਵ ਡਨ ਜੋ ਵੀ ਤੁਸੀਂ ਕੀਤਾ ਉਹਦੇ ਪਰੂਫ ਦੇ ਸਕਦੇ ਹੋ, ਦੈਨ ਇਟਸ ਪੋਸੀਬਲ। ਅਦਰਵਾਈਜ਼ 1 ਈਅਰ ਤੋਂ ਜ਼ਿਆਦਾ ਗੈਪ ਆਸਟ੍ਰੇਲੀਆ ਅਸੈਪਟ ਨਹੀਂ ਕਰਦਾ। ਅੱਜ 2019 'ਚ ਬੈਠੇ ਆ, 2018 ਵਾਲਾ ਬੱਚਾ ਵੀਜ਼ਾ ਲੈ ਪਾ ਰਿਹਾ, 2017 ਵਾਲੇ ਨੂੰ ਵੀ ਦੱਸਣਾ ਪੈਂਦਾ ਮੈਂ ਕੀ ਕੀਤਾ। ਸੋ ਧਿਆਨ ਨਾਲ ਮੇਰੀ ਗੱਲ ਸੁਣ ਲਓ ਦੋਸਤੋ, ਮੈਂ ਚੀਕਾਂ ਮਾਰ ਮਾਰ ਕੇ ਸਾਰੇ ਮੰਚ 'ਤੇ TV 'ਤੇ ਫੇਸਬੁੱਕ 'ਤੇ ਦੱਸਦਾ ਰਹਿੰਦਾ, ਬਟ ਫਿਰ ਵੀ ਜਦੋਂ ਬੱਚਾ ਦਫ਼ਤਰ ਆ ਕੇ ਮਿਲਦਾ ਉਹ ਕਹਿੰਦਾ ਮੈਂ ਪਹਿਲਾਂ 2-3-4 ਵਾਰ ਰਿਫਿਊਜ਼ ਹੋ ਚੁੱਕਿਆ। ਦੈਨ ਹਰ ਇੱਕ ਬੱਚੇ ਨੂੰ ਪੁੱਛਦਾ ਤੁਹਾਨੂੰ ਮੇਰੇ ਬਾਰੇ ਪਹਿਲਾਂ ਨਹੀਂ ਪਤਾ ਸੀ? ਉਹ ਕਹਿੰਦੇ ਜੀ ਹੁਣੀ ਵੇਖਿਆ TV 'ਚ, ਹੁਣੀ ਵੇਖਿਆ ਫੇਸਬੁੱਕ 'ਤੇ। 14 ਅਪ੍ਰੈਲ 2009 ਪਹਿਲੀ ਵਾਰ ਮੈਂ ਕਿਸੇ ਮੰਚ 'ਤੇ ਬੈਠ ਕੇ ਲੋਕਾਂ ਦੇ ਰੂਬਰੂ ਹੋਇਆ ਸੀ, ਅਤੇ ਅੱਜ ਲਗਭਗ 10 ਸਾਲ ਦਾ ਸਮਾਂ ਹੋ ਚੱਲਿਆ, 2 ਮਹੀਨੇ ਘੱਟ 10 ਸਾਲ, ਅਤੇ 10 ਸਾਲਾਂ 'ਚ ਹਾਲੇ ਤੱਕ ਲੋਕਾਂ ਤੱਕ ਪਹੁੰਚ ਹੀ ਨਹੀਂ ਕਰ ਪਾਏ। ਕਿਤੇ ਕਿਤੇ ਨਲਾਇਕੀ ਸਾਡੀ ਵੀ ਹੈ ਅਤੇ ਕਿਤੇ ਕਿਤੇ ਨਲਾਇਕੀ ਉਹਨਾਂ ਲੋਕਾਂ ਦੀ ਵੀ ਹੈ ਜਿਹੜੇ ਇੱਕ ਚੰਗੀ ਇਨਫੋਰਮੇਸ਼ਨ ਨੂੰ ਸਰਚ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਕਾਇੰਡਲੀ ਤੁਸੀਂ ਇਹ ਵੀਡੀਓ ਆਪਣੇ ਦੋਸਤਾਂ ਤੱਕ, ਲੋਕਾਂ ਤੱਕ, ਰਿਸ਼ਤੇਦਾਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਇੱਕ ਐਟਲੀਸਟ ਉਹ ਵੀਜ਼ਾ ਅਪਲਾਈ ਕਰਨ ਜਾਂ ਨਾ ਕਰਨ ਬਾਅਦ ਦੀ ਗੱਲ ਹੈ, ਮੈਂ ਨਹੀਂ ਕਹਿੰਦਾ ਮੇਰੇ ਕੋਲ ਆ ਕੇ ਵੀਜ਼ਾ ਅਪਲਾਈ ਕਰੋ, ਐਟਲੀਸਟ ਸੁਣ ਜ਼ਰੂਰ ਲਓ ਵੀ ਇਨਫੋਰਮੇਸ਼ਨ ਸਹੀ ਕੀ ਹੈ। ਜਦੋਂ ਸਹੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਏਗੀ ਤੁਸੀਂ ਉਦੋਂ ਕਿਸੇ ਦੀ ਗੱਲਾਂ 'ਚ ਆ ਕੇ ਠੱਗੀ ਦਾ ਸ਼ਿਕਾਰ ਨਹੀਂ ਹੋਵੋਗੇ। ਸੋ ਮੇਰਾ ਮਕਸਦ ਬੇਸਿਕਲੀ ਤੁਹਾਡੇ ਤੱਕ ਪਹੁੰਚ ਕਰਕੇ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਤੱਕ ਹੈ, ਬਾਅਦ 'ਚ ਤੁਸੀਂ ਉਸ ਇਨਫੋਰਮੇਸ਼ਨ ਨੂੰ ਯੂਟੀਲਾਈਜ਼ ਕਿਵੇਂ ਕਰਨਾ ਤੁਹਾਡੀ ਆਪਣੀ ਸਿਆਣਪ ਹੈ। ਸੋ ਮਿਸਟਰ ਅਭੀ, 10 ਸਾਲ ਦਾ ਗੈਪ ਆਸਟ੍ਰੇਲੀਆ ਬਾਰੇ ਨਹੀਂ ਹੋਣਾ, ਬਟ ਜੇ ਤੁਹਾਡੀ ਸੈਲਰੀ ਜਾਂ ਜੋਬ ਤੁਸੀਂ ਜੋ ਵੀ ਕੀਤੀ ਹੈ ਉਹਦੀ ਸੈਲਰੀ ਅਕਾਊਂਟ 'ਚ ਆ ਰਹੀ ਹੈ, ਦੈਨ ਇਟਸ ਪੋਸੀਬਲ। ਜਗਦੀਪ, ਫਿਰ ਮੈਂ ਤਾਂ ਸਲਾਹ ਦੂੰਗਾ ਜੇ 10 ਸਾਲ ਦਾ ਐਕਸਪੀਰੀਅੰਸ ਹੋਏ ਫਿਰ ਤਾਂ PR ਅਪਲਾਈ ਕਰੋ, ਫਿਰ ਸਟੱਡੀ ਵੀਜ਼ਾ ਜਾਣ ਦੀ ਕੀ ਲੋੜ ਹੈ। ਜਗਦੀਪ ਚਿੰਨਾ, ਹਾਏ, ਹੈਲੋ ਜੀ। ਹਰਜੀਤ ਕੋਤਰਾ, ਮਾਈ ਸਨ 11 ਈਅਰ ਐਂਡ ਸਟੱਡੀ ਫੋਰ ਕੈਨੇਡਾ, ਸੈਂਡ ਮੀ ਇਨਫੋਰਮੇਸ਼ਨ। ਸਰ 11 ਈਅਰ ਦਾ ਬੱਚਾ ਹੈ ਤੁਹਾਡਾ, ਪਹਿਲਾਂ ਦੱਸੋ ਤੁਸੀਂ ਕੰਮ ਕਾਰ ਕੀ ਕਰਦੇ ਹੋ, ਤੁਹਾਡੀ ਜੋਬ ਕੀ ਹੈ, ਤੁਹਾਡੇ ਕੋਲ ਇਨਕਮ ਕਿੰਨੀ ਹੈ ਸਾਲ ਦੀ, ਫਿਰ ਹੀ ਮੈਂ ਸਕੂਲਿੰਗ ਵੀਜ਼ਾ ਬਾਰੇ ਇੱਕ ਇਨਫੋਰਮੇਸ਼ਨ ਦੇ ਪਾਊਂਗਾ। ਅਦਰਵਾਈਜ਼ ਕੈਨੇਡਾ ਦੇ ਵਿੱਚ ਸਕੂਲਿੰਗ ਵੀਜ਼ੇ 'ਤੇ ਕੋਈ ਬਹੁਤੇ ਵਧੀਆ ਚਾਂਸਿਸ ਨਹੀਂ ਹੈ ਜੇ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਕਿਉਂਕਿ ਇੱਥੇ
ਏਜੰਟ ਅਖਬਾਰ ਦੇ ਵਿੱਚ ਐਡ ਦਿੰਦਾ ਸਕੂਲਿੰਗ ਵੀਜ਼ੇ 'ਤੇ ਬੱਚੇ ਨੂੰ ਭੇਜੋ, ਮਾਂ ਪਿਓ ਨਾਲ ਜਾ ਸਕਦੇ ਨੇ, ਲੱਖਾਂ ਰੁਪਏ ਕਮਾਓ ਅਤੇ ਸੈਟਲ ਹੋ ਜਾਓ। ਇਹ ਚਾਰ ਲੈਣਾ ਉਹਨੇ ਅਖਬਾਰ 'ਚ ਲਿਖ ਦਿੱਤੀਆਂ, ਕਿਸੇ ਐਡ ਵਿੱਚ ਲਿਖ ਦਿੱਤੀਆਂ, ਬਟ ਇੰਨੀਆਂ ਪੋਸੀਬਲ ਇੰਨੀਆਂ ਸੌਖੀਆਂ ਹੈ ਨਹੀਂ। ਸਕੂਲਿੰਗ ਵੀਜ਼ਾ ਲੈ ਲਈ ਅਸੀਂ ਪਿਛਲੇ ਹਫ਼ਤੇ ਡਿਟੇਲ 'ਚ ਪੂਰਾ ਸ਼ੋਅ ਕੀਤਾ ਸੀ, ਮੈਂ ਔਰ ਮੇਰੀ ਜਿਹੜੀ ਮਾਈਗ੍ਰੇਸ਼ਨ ਏਜੰਟ ਮੈਡਮ ਐਂਜਲਾ ਨੇ ਉੱਥੇ ਦੱਸਿਆ ਸੀ ਕਿ ਡਿਟੇਲ ਦੇ ਵਿੱਚ ਕਿਹੜੇ ਕਿਹੜੇ ਬੱਚੇ ਸਕੂਲਿੰਗ ਵੀਜ਼ਾ ਜਾਣ ਲਈ ਪਹਿਲਾਂ ਆਪਣੀ ਇਨਕਮ ਤੁਹਾਡਾ ਫਾਈਨੈਂਸ਼ ਤੁਸੀਂ ਤਾਂ ਸਾਊਂਡ ਹੋਣਾ ਚਾਹੀਦੇ, ਜੇ ਫਾਈਨੈਂਸ਼ਲੀ ਸਾਊਂਡ ਨਹੀਂ ਆ ਤਾਂ ਫਿਰ ਸਕੂਲਿੰਗ ਵੀਜ਼ਾ ਅਪਲਾਈ ਨਾ ਕਰੋ। ਲਾਲੀ ਰਿਆੜ ਕਹਿੰਦੇ ਜੀ ਫਾਈਲ ਨੰਬਰ 1035, ਓਕੇ ਔਫ ਲੈਟ ਨਹੀਂ ਆ ਰਿਹਾ ਸਰ, ਆ ਜਾਓ ਫਿਰ 26 ਤਰੀਕ ਨੂੰ, ਉੱਦਣ ਤੁਹਾਡਾ ਔਫ ਲੈਟ ਕਢਾ ਦਿੰਦੇ ਜੇ ਯੂਨੀਵਰਸਿਟੀ ਪੜ੍ਹਨ ਜਾਣਾ ਤਾਂ, ਜੇ ਔਫ ਲੈਟ ਨਹੀਂ ਆ ਰਿਹਾ ਕੋਈ ਨਾ ਕੋਈ ਕਾਰਨ ਹੋਵੇਗਾ। ਵੈਸੇ ਨੋਰਮਲੀ 4 ਤੋਂ 6 ਹਫ਼ਤੇ ਤਾਂ ਹਰ ਕੋਈ ਸਰਕਾਰੀ ਕਾਲਜ ਲਾ ਰਿਹਾ, ਬਟ ਤੁਹਾਡੇ ਕੇਸ ਮੈਂ ਦੇਖ ਲੈਣਾ ਤੁਹਾਡੇ ਕੇਸ 'ਚ ਕਿਉਂ ਡਿਲੇ ਹੋਈ, ਕਿੰਨਾ ਚਿਰ ਹੋਇਆ ਦੱਸ ਦਿਉ, ਔਫ ਲੈਟਰ ਨਹੀਂ ਆ ਰਹੀ, ਕੇਸ ਕਦੋਂ ਦਾ ਉਹ ਵੀ ਦੱਸ ਦਿਓ ਮੈਨੂੰ ਨਾਲ। 1035 2014 ਪਾਸ ਆਊਟ ਪਲੱਸ ਟੂ, ਓਨਲੀ ਸਿੰਗਾਪੁਰ ਅਤੇ ਸਾਈਪਰਸ ਆਪਸ਼ਨ ਹੈ ਜਾਂ ਦੁਬਈ ਆਪਸ਼ਨ ਹੈ ਦੋਸਤ, ਦੁਬਈ 'ਚ ਪੜ੍ਹ ਕੇ ਇੱਕ ਚੰਗਾ ਫਿਊਚਰ ਬਣਾ ਸਕਦੇ ਹੋ, ਕਿਉਂਕਿ ਦੁਬਈ 'ਚ ਤੁਹਾਡੇ 12-15 ਸਾਲ ਦੇ ਗੈਪ ਦੀ ਕੋਈ ਇਸ਼ੂ ਨਹੀਂ, ਕੋਈ ਪ੍ਰਵਾਹ ਨਹੀਂ, ਕਿਉਂਕਿ ਉੱਥੇ ਜਾ ਕੇ ਤੁਸੀਂ ਇੱਕ ਪ੍ਰੋਫੈਸ਼ਨਲ ਸ਼ੈਫ ਦਾ ਕੋਰਸ ਕਰਨਾ ਅਤੇ ਪ੍ਰੋਫੈਸ਼ਨਲ ਸ਼ੈਫ ਬਣਨ ਤੋਂ ਬਾਅਦ ਤੁਸੀਂ ਫਰਦਰ USA, ਕੈਨੇਡਾ ਜਾਂ ਆਸਟ੍ਰੇਲੀਆ ਮਾਈਗ੍ਰੇਟ ਕਰ ਸਕਦੇ ਹੋ, ਉਹ ਵਰਕ ਪਰਮਿਟ 'ਤੇ ਜਾਓਗੇ। ਪਰ ਅੱਜ 2014 ਪੜ੍ਹੇ ਹੋ, ਤੁਹਾਡੀ ਪੜ੍ਹਾਈ 4-5 ਸਾਲ ਦਾ ਗੈਪ ਹੈ, ਇੰਨਾ ਗੈਪ ਸਿੰਗਾਪੁਰ ਸਾਈਪਰਸ ਅਤੇ ਦੁਬਈ ਵਿੱਚ ਹੀ ਅਸੈਪਟੇਬਲ ਆ। ਵਿਦਾਊਟ ਆਈਲਟਸ ਲੱਗ ਸਕਦਾ ਕਿਸੇ ਚੰਗੀ ਕੰਟਰੀ ਦਾ? ਬਿਲਕੁਲ ਲੱਗ ਸਕਦਾ, ਦੁਬਈ ਦੀ ਆਪਸ਼ਨ ਬੜੀ ਅੱਛੀ ਹੈ, ਦੁਬਈ 'ਚ ਪੜ੍ਹ ਕੇ ਅਮੈਰੀਕਾ ਸੈਟਲ ਹੋ ਸਕਦੇ ਹੋ, ਸਾਡਾ ਬੱਚੇ ਜਿਹੜੇ ਦੁਬਈ ਤੋਂ ਪੜ੍ਹ ਕੇ ਸੈਟਲ ਹੋਏ ਆ ਉਹਨਾਂ ਬੱਚਿਆਂ ਨੰਬਰ ਲੈ ਲਓ, ਕੋਈ ਪੜ੍ਹਾਈ ਨਾਲ ਤਾਲੁਕਾਤ ਨਹੀਂ ਚਾਹੀਦਾ, ਸਿਰਫ ਪਲੱਸ ਟੂ ਪਾਸ ਹੋਵੇ, 17 ਸਾਲ ਤੋਂ 32 ਸਾਲ ਹੋਵੇ, ਬੇਸਿਕ ਇੰਗਲਿਸ਼ ਆਉਂਦੀ ਹੋਵੇ ਅਤੇ ਮਨ ਵਿੱਚ ਮਿਹਨਤ ਕਰਨ ਦਾ ਜਜ਼ਬਾ ਹੋਵੇ, ਆਹ 2-3 ਰਿਕੁਆਇਰਮੈਂਟ ਜੇ ਪੂਰੀਆਂ ਕਰਦੇ ਹੋ ਤਾਂ ਮੋਰ ਦੈਨ ਵੈਲਕਮ ਮਿਸਟਰ ਜਗਦੀਪ ਚੀਨਾ, ਜਗਦੀਪ ਚੀਨਾ, ਯੈਸ ਤੁਸੀਂ ਦੁਬਈ 'ਚ ਪੜ੍ਹ ਕੇ ਅਮੈਰੀਕਾ ਸੈਟਲ ਹੋ ਸਕਦੇ ਹੋ। ਹਰਜੀਤ ਕੋਤਰਾ ਆਰਮੀ, ਓਕੇ, ਲਾਲੀ ਜਾਗ ਦਾ ਵੈਰੀ ਵੈਰੀ ਗੁੱਡ ਐਂਡ ਐਜੂਕੇਟਡ ਐਂਡ ਸਮਾਰਟ ਕੰਸਲਟੈਂਟ, ਮੈਂ ਸਰ ਤੁਹਾਡੇ ਨਾਲ 2013 ਤੋਂ ਜੁੜਿਆ, ਥੈਂਕ ਯੂ ਯਾਰ, ਥੈਂਕ ਯੂ ਸੋ ਵੈਰੀ ਮੱਚ ਬਦਰ, ਲਵ ਯੂ ਫੋਰ ਯੂਰ ਰਿਸਪੈਕਟ, ਥੈਂਕ ਯੂ ਜਾਗਰ, 2013 ਤੋਂ ਜੁੜਿਓ, ਤੁਹਾਡਾ ਮੈਂ ਕੇਸ ਚੈੱਕ ਕਰਕੇ ਤੁਹਾਨੂੰ ਰਿਵਰਟ ਕਰਾਉਣਾ ਯਾਰ ਛੇਤੀ। ਦੇਵ ਥਾਪਰ ਸਰ ਤੁਸੀਂ ਗ੍ਰੇਟ ਹੋ ਜੀ, ਅੱਤ ਲੱਗਦੇ ਹੋ ਸਰ ਜੀ, ਥੈਂਕ ਯੂ ਜੀ, ਥੈਂਕ ਯੂ ਭਰਾ, ਕੋਈ ਅੱਤ ਨਹੀਂ ਯਾਰ, ਕੋਈ ਬੰਬ ਨਹੀਂ, ਕੋਈ ਧਮਾਕਾ ਨਹੀਂ, ਕੁਛ ਨਹੀਂ, ਇੱਕ ਨੋਰਮਲ ਜਿਹਾ ਇਨਸਾਨ, ਇੰਨੀਆਂ ਗਰਾਊਂਡ ਦੇ ਲੈਵਲ 'ਤੇ ਜੁੜ ਕੇ ਮੈਂ ਤੁਹਾਡੇ ਨਾਲ ਜੁੜਦਾ, ਕਿਉਂਕਿ ਮੈਂ ਖੁਦ ਜਿਸ ਲੈਵਲ ਤੋਂ ਉੱਠ ਕੇ ਇੱਥੇ ਪਹੁੰਚਿਆ, ਮੈਂ ਜਾਣਦਾ ਕਿ ਇੱਕ ਸਟੂਡੈਂਟ ਜਦੋਂ ਬਾਹਰ ਜਾਣ ਦੀ ਆਸ ਦੇ ਨਾਲ ਕਿਸੇ ਕੰਸਲਟੈਂਟ ਦੇ ਕੋਲ ਦਫ਼ਤਰ ਪੇਪਰ ਲੈ ਕੇ ਜਾਂਦਾ ਤਾਂ ਉਦੋਂ ਉਹਦੇ ਦਿਲ 'ਚ ਸੁਪਨੇ ਕੀ ਹੁੰਦੇ ਆ, ਅਤੇ ਜਦੋਂ ਉਹ ਸੁਪਨੇ ਪੂਰੇ ਨਹੀਂ ਹੁੰਦੇ, ਸੁਪਨੇ ਟੁੱਟਦੇ ਨੇ, ਤਾਂ ਉਦੋਂ ਬੰਦੇ ਦੇ ਦਿਲ 'ਤੇ ਕੀ ਬੀਤਦੀ ਆ, ਉਹ ਅਹਿਸਾਸ ਮੈਂ ਆਪ ਆਪਣੇ ਪਿੰਡੇ 'ਤੇ ਹੰਡਾਇਆ, ਇਸ ਕਰਕੇ ਸ਼ਾਇਦ ਮੈਂ ਤੁਹਾਨੂੰ ਕੋਈ ਕਿਸੇ ਨੂੰ ਮੈਂ ਘੈਂਟ ਲੱਗਦਾ, ਕਿਸੇ ਨੂੰ ਮੈਂ ਅੱਤ ਲੱਗਦਾ, ਜਾਂ ਕਿਸੇ ਨੂੰ ਮੈਂ ਡਾਊਨ ਟੂ ਅਰਥ ਲੱਗਦਾ, ਜਾਂ ਕਿਸੇ ਨੂੰ ਬਹੁਤ ਚੰਗਾ ਲੱਗਦਾ, ਉਹਦਾ ਕਾਰਨ ਇਹੀ ਹੈ ਕਿ ਮੈਂ ਹਰ ਇੱਕ ਸਟੂਡੈਂਟ ਵਿੱਚ ਕਲਾਇੰਟ ਨਹੀਂ ਦੇਖਦਾ, ਹਰ ਇੱਕ ਸਟੂਡੈਂਟ ਵਿੱਚ ਅੱਜ ਤੋਂ 12-15 ਸਾਲ ਪੁਰਾਣਾ ਰਾਹੀ ਦੇਖਦਾ, ਅਤੇ ਜਦੋਂ ਵੀ ਉਹਨੂੰ ਸਲਾਹ ਦਿੰਦਾ ਤਾਂ ਇੱਕ ਨੇਕ, ਇੱਕ ਅੱਛੀ, ਇੱਕ ਜੈਨੂਅਨ ਐਡਵਾਈਸ ਦੇਣ ਦੀ ਕੋਸ਼ਿਸ਼ ਕਰਦਾ। ਜਦੋਂ ਘਰ ਤੋਂ ਨਿਕਲਦਾ ਆਪਣੇ ਪਰਮਾਤਮਾ ਨੂੰ ਨਮਸਕਾਰ, ਜਦੋਂ ਨਤਮਸਤਕ ਹੋ ਕੇ ਘਰੋਂ ਨਿਕਲ ਆਉਂਦਾ ਤਾਂ ਘਰੋਂ ਨਿਕਲ ਲੱਗਿਆ ਅਰਦਾਸ ਕਰਦਾ ਕਿ ਪਰਮਾਤਮਾ ਮੇਰੇ ਕੋਲੋਂ ਭੁੱਲ ਕੇ ਵੀ ਕਦੀ ਕਿਸੇ ਦਾ ਬੁਰਾ ਨਾ ਹੋਵੇ, ਨੋਇੰਗਲੀ ਅਨਨੋਇੰਗਲੀ ਕਦੀ ਕਿਸੇ ਦਾ ਬੁਰਾ ਨਾ ਹੋਵੇ ਅਤੇ ਨਾ ਕੋਈ ਮੇਰਾ ਬੁਰਾ ਤੱਕੇ। ਸੋ ਚੰਗੀ ਨੀਤ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ, ਤੁਹਾਡੇ ਸਾਰੇ ਸਪੋਰਟਰਸ ਦਾ ਸਾਨੂੰ ਸਪੋਰਟ ਮਿਲਦੀ ਹੈ, ਤੁਹਾਡੇ ਸਾਰਿਆਂ ਦਾ ਸਾਨੂੰ ਪਿਆਰ ਮਿਲਦਾ, ਸਪੋਰਟ ਦੇ ਨਾਲ ਹੀ ਹਰ ਰੋਜ਼ ਹਰ ਦਿਨ ਨਵੀਂ ਨਵੀਂ ਕੋਸ਼ਿਸ਼ ਹੁੰਦੀ ਕਿ ਤੁਹਾਡੇ ਅੱਗੇ ਕੋਈ ਚੰਗਾ ਪੇਸ਼ ਕੀਤਾ ਜਾਵੇ ਜੋ ਤੁਹਾਨੂੰ ਇੱਕ ਚੰਗਾ ਮੁਕਾਮ, ਚੰਗਾ ਫਿਊਚਰ, ਚੰਗਾ ਭਵਿੱਖ ਦੇ ਸਕੇ। ਸੋ ਅੱਜ ਦੇ ਹਰ ਸਵਾਲ ਦੇ ਮੈਂ ਆਈ ਥਿੰਕ ਜਵਾਬ ਮੈਂ ਦੇ ਚੁੱਕਿਆ, ਫਿਰ ਵੀ ਜੇ ਕੋਈ ਰਹਿ ਗਿਆ ਹੋਵੇ ਤਾਂ ਤੁਸੀਂ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਆਪਣਾ ਮੈਸੇਜ ਇਨਬੋਕਸ ਕਰ ਦਿਓ, ਆਪਣਾ ਕੰਟੈਕਟ ਨੰਬਰ ਇਨਬੋਕਸ ਕਰ ਦਿਓ, ਮੇਰੀ ਟੀਮ ਜਿਹੜੀ ਮੇਰੀ ਐਕਸਪਰਟ ਟੀਮ ਹੈ ਕਾਊਂਸਲਰ ਦੀ, ਉਹ ਤੁਹਾਨੂੰ ਗਾਈਡ ਕਰੇਗੀ ਤੁਹਾਡੇ ਫਿਊਚਰ ਨੂੰ ਲੈ ਕੇ। ਰਾਜਵੀਰ ਸਿੰਘ ਘੁੰਮਣ, ਹਾਊ ਮੱਚ ਫੀਸ ਫੋਰ ਦੁਬਈ? 14,400 ਡਾਲਰ, ਸੋਰੀ 15,000 ਡਾਲਰ, 15,400 ਡਾਲਰ ਫੀਸ ਹੈ, 15,400 ਡਾਲਰ ਫੀਸ ਹੈ, ਇਨਕਲੂਡਿੰਗ ਫੀਸ, ਅਕੋਮੋਡੇਸ਼ਨ, ਯੂਨੀਫਾਰਮ, ਮੈਡੀਕਲ ਮੀਲ ਤੱਕ ਪਾ ਕੇ, ਜਿਹੜਾ ਬ੍ਰੇਕਫਾਸਟ ਲੰਚ ਤੱਕ ਇਨਕਲੂਡ ਹੈ। ਆਫਟਰ 3 ਮੰਥ ਤੁਸੀਂ ਉੱਥੇ 20,000-25,000 ਰੁਪਇਆ ਮੰਥਲੀ ਪਲੱਸ ਓਵਰ ਟਾਈਮ ਲਗਾ ਕੇ ਆਪਣੇ ਪੈਸੇ ਕਮਾਉਣੇ ਸ਼ੁਰੂ ਕਰ ਦਿੰਦੇ ਹੋ। 1 ਸਾਲ ਬਾਅਦ ਤੁਸੀਂ ਉੱਥੇ USA ਟ੍ਰੇਨਿੰਗ ਕਰਨ ਦੇ ਲਈ J1 ਵੀਜ਼ਾ ਜਾ ਸਕਦੇ ਹੋ। ਸੋ ਦੇਰ ਆਰ ਸੋ ਮੈਨੀ ਆਪਸ਼ਨਸ, ਡਿਟੇਲ ਦੇ ਵਿੱਚ ਜਾਣਕਾਰੀ ਤਾਂ ਫੇਸਬੁੱਕ 'ਤੇ ਨਹੀਂ ਮਿਲ ਸਕਦੀ, ਯੂ ਨੀਡ ਟੂ ਕਮ ਟੂ ਆਰ ਆਫਿਸ ਜਲੰਧਰ ਜਾਂ ਮੋਹਾਲੀ ਜਾਂ ਨਵਾਂਸ਼ਹਿਰ, ਤਾਂ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਮਿਲੋ ਤਾਂ ਕਿ ਤੁਹਾਨੂੰ ਇੱਕ ਅੱਛੀ ਗਾਈਡ ਕੀਤਾ ਜਾ ਸਕੇ। ਰਾਜਵੀਰ ਕੁਮਾਰ, ਇਫ ਯੂ ਲਾਈਕ ਦ ਇਨਫੋਰਮੇਸ਼ਨ ਕਾਈਂਡਲੀ ਸ਼ੇਅਰ ਦਿਸ ਵੀਡੀਓ ਐਂਡ ਡੂ ਵਿਜ਼ਿਟ ਆਰ ਆਫਿਸ। ਹਰਜੀਤ ਕੋਤਰਾ, ਹਮ ਰਿਟਾਇਰਡ ਫਰੋਮ ਆਰਮੀ, ਇਨਕਮ 70,000 ਇਅਰਲੀ, 7 ਲੱਖ ਇਅਰਲੀ, ਓਕੇ, ਯੈਸ ਯੂ ਕੈਨ ਅਪਲਾਈ, ਤੁਸੀਂ ਰਿਟਾਇਰਡ ਆਰਮੀ ਆਫਿਸਰ ਹੋ, ਤੁਹਾਨੂੰ ਆਈ ਥਿੰਕ ਪੈਨਸ਼ਨ ਵਗੈਰਾ ਆ ਰਹੀ ਹੋਏਗੀ, ਤੁਹਾਡੀ 7 ਲੱਖ ਅਗਰ ਸਾਲ ਦੀ ਆਮਦਨ ਹੈਗੀ ਹੈ, ਤੁਸੀਂ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਲੈ ਕੇ ਜਾ ਸਕਦੇ ਹੋ। ਆਪਣਾ ਪਾਸਪੋਰਟ, ਆਪਣੀਆਂ ਇਨਕਮ ਟੈਕਸ ਰਿਟਰਨਸ, ਅਤੇ ਜਿਹੜਾ ਵੀ ਤੁਹਾਡੇ ਕੋਲ ਪੈਸਾ ਬੈਂਕਾਂ 'ਚ ਜੁੜਿਆ ਉਹਦੀਆਂ ਡਿਟੇਲਸ ਲੈ ਕੇ ਇੱਕ ਵਾਰ ਆਫਿਸ ਵਿਜ਼ਿਟ ਕਰ ਲਿਓ।
ਜਿੱਥੇ ਵੀ ਹੱਥ ਰੱਖੋਗੇ ਉੱਥੇ ਘੁੰਮਣ ਜਾ ਸਕਦੇ ਹੋ, ਕੋਈ ਇਸ਼ੂ ਨਹੀਂ। ਸਾਹਿਲ ਬੇਦੀ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਸਰ, ਥੈਂਕ ਯੂ ਜੀ, ਥੈਂਕ ਯੂ ਸਾਹਿਲ, ਥੈਂਕ ਯੂ ਸੋ ਵੈਰੀ ਮੱਚ ਵੀਰੇ, ਗੁੱਡ ਇਨਫੋਰਮੇਸ਼ਨ ਸਰ। ਆਕਾਸ਼ਦੀਪ ਸਿੰਘ, ਥੈਂਕ ਯੂ ਆਕਾਸ਼ਦੀਪ, ਤੁਹਾਡਾ ਵੀ ਕੰਗ ਸੁਖਰਾਜ, ਤੁਹਾਡਾ ਵੀ ਧੰਨਵਾਦ ਬਹੁਤ ਬਹੁਤ। ਹਰਜੀਤ ਕੋਤਰਾ ਦਾ ਨੰਬਰ ਆ ਗਿਆ ਜੀ, ਇਸ ਨੰਬਰ 'ਤੇ ਕਾਲ ਤੁਹਾਨੂੰ ਹੁਣੇ ਅੱਧੇ ਘੰਟੇ ਵਿੱਚ ਆ ਜਾਂਦੀ ਜੀ, 8555987 81। ਠੀਕ ਆ ਜੀ, ਤੁਹਾਨੂੰ ਮੈਂ ਇਸ ਨੰਬਰ 'ਤੇ ਕਾਲ ਕਰਨਾ, ਮੈਂ ਨੰਬਰ ਤੁਹਾਡਾ ਨੋਟ ਕਰ ਲਿਆ ਹੈ। ਕੋਤਰਾ ਸਾਹਿਬ ਥੈਂਕ ਯੂ, ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਗੱਲਬਾਤ। ਤੁਹਾਡਾ ਸਾਰਿਆਂ ਦਾ ਧੰਨਵਾਦ, ਅੱਜ ਲਈ ਇੰਨਾ ਹੀ। ਨੈਕਸਟ ਵੀਕ ਫਿਰ ਇੱਕ ਨਵੇਂ ਟੋਪਿਕ 'ਤੇ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਡੋਂਟ ਫੋਰਗੈਟ, ਯਾਦ ਕਰ ਲਓ, ਦਿਮਾਗ 'ਚ ਫਿਕਸ ਕਰ ਲਓ, 24 ਜਨਵਰੀ ਦਿਨ ਵੀਰਵਾਰ, 24th of January ਥਰਸਡੇ, ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਜਲੰਧਰ ਦਫ਼ਤਰ ਵਿੱਚ, ਮਾਊਂਟ ਸੇਂਟ ਵਿੰਸੈਂਟ ਯੂਨੀਵਰਸਿਟੀ ਦੇ ਡੋਮੈਨ ਦੇ ਡੈਲੀਗੇਟ ਸਾਡੇ ਜਲੰਧਰ ਦਫ਼ਤਰ 'ਚ ਹੋਣਗੇ। ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਮਈ ਇਨਟੇਕ 'ਚ ਜਾਣਾ ਚਾਹੁੰਦੇ ਹੋ, ਓਵਰਆਲ 6 ਬੈਂਡ ਨੇ, 6.5 ਨਹੀਂ ਹੈਗੇ ਜਾਂ 6 ਈਚ ਨਹੀਂ ਹੈਗੇ, ਤਾਂ ਵੀ ਮਈ ਇਨਟੇਕ 'ਚ ਪੜ੍ਹਨ ਜਾਇਆ ਜਾ ਸਕਦਾ। ਯੂਨੀਵਰਸਿਟੀ 'ਚ ਪੜ੍ਹ ਕੇ ਇੱਕ ਤਾਂ ਵੀਜ਼ਾ ਚਾਂਸ ਵੱਧਦੇ ਆ, ਕੋਈ ਸਾਲ ਦੀ ਫੀਸ ਪੇ ਕਰਨ ਦੀ ਲੋੜ ਨਹੀਂ, ਸਮੈਸਟਰ ਦੀ ਫੀਸ ਪੇ ਕਰਕੇ ਵੀ ਵੀਜ਼ਾ ਲਿਆ ਜਾ ਸਕਦਾ। ਵੀਜ਼ਾ ਸਕਸੈਸ ਰੇਟ ਨੋਨ ਐਸ ਡੀ ਐਸ ਕੈਟੇਗਰੀ ਨਾਲੋਂ ਜ਼ਿਆਦਾ, ਕੱਲ੍ਹ ਨੂੰ ਜੋਬ ਦੀ ਓਪਰਚੁਨਿਟੀ ਵਧੀਆ, ਐਂਡ ਪੀ ਆਰ ਦਾ ਪ੍ਰੋਸੈਸ ਔਖਾ ਹੈ ਬਾਕੀ ਸ਼ਹਿਰਾਂ ਦੇ ਮੁਕਾਬਲੇ। ਸੋ ਅਪਾਇੰਟਮੈਂਟ ਲੈਣ ਲਈ 7050970509 ਨੰਬਰ 'ਤੇ ਕਾਲ ਕਰਕੇ ਵੀਰਵਾਰ ਦੇ ਸੈਮੀਨਾਰ ਵਿੱਚ ਹਿੱਸਾ ਲਓ, ਤਾਂ ਕਿ ਤੁਹਾਨੂੰ ਕੈਨੇਡਾ ਪੜ੍ਹਨ ਜਾਣ ਲਈ ਇੱਕ ਡਿਟੇਲ ਦੇ ਵਿੱਚ ਜਾਣਕਾਰੀ ਮੁਹੱਈਆ ਕਰਵਾ ਕੇ ਤੁਹਾਨੂੰ ਇੱਕ ਚੰਗੇ ਸੁਨਹਿਰੀ ਭਵਿੱਖ ਵੱਲ ਤੋਰਿਆ ਜਾ ਸਕੇ। ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ, ਕਾਇੰਡਲੀ ਸ਼ੇਅਰ ਦਿਸ ਵੀਡੀਓ। ਜੇ ਕੋਈ ਤੁਹਾਡਾ ਮਨ 'ਚ ਹੋਰ ਸਵਾਲ ਹੋਵੇ ਤਾਂ ਡੂ ਪ੍ਰੋਵਾਈਡ ਅਸ ਯੋਰ ਨੰਬਰ, ਮੇਰੀ ਟੀਮ ਤੁਹਾਨੂੰ ਵਿਦਇਨ 24 to 48 hours ਕਾਲ ਕਰਕੇ ਤੁਹਾਡੀ ਕੁਆਰੀ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੇਗੀ। ਸਾਰਿਆਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰੱਖਾ।